अज सारे नूं पहला आपां वी जिहड़े अपने मेल फ्रेंड्स ने ठीक है भी वह किस तरह के आशक होंदे ने पहला उन्हां दी गल करांगे फिर आपां जिन्ना कु फीमेल जेंडर नूं समझ पाए ठीक है फिर वह जिहड़ी स्ट्रगल आपां नूं फेस करनी पैंदी है आपां ने पंजाबी सिंगरां वाला परस्पेक्टिव बिल्कुल नहीं लेना कुड़ियां दा देख क्योंकि देख जिहड़े पंजाबी सिंगर कुड़ियां दे परस्पेक्टिव तों गाना लिखदे ने उह तां बेसिकली फुद्दू फीलिंग आ उहनां दी ठीक है वह लिखदे ने भी आह चीज़ कुड़ियां साडे बारे सोचन ठीक है वह उधर उधर तां जाणे नहीं आपां ने पर पहला जिहड़े अपने मेल फ्रेंड्स ने स्कूल टाइम फ्रेंड्स हो गए रामजादे या हुण वाले हो गए ठीक है रामजादे ऑफिस फ्रेंड्स हाँ ऑफिस फ्रेंड्स भी उन्होंने उन्होंने की गल करनी है ओके तो एक अपने फ्रेंड सर्कल च हुंदा है जिहड़ा मतलब की यार भी पासवर्ड मेरे को एक तेरे फ्रेंड सर्कल च होंगे भी जिन्हां नूं कुड़ी फसी हुई है ठीक है और वो समान तेरा लगो दे ते अच्छा भी रिलेशनशिप उहदा है महंगा तेन पै रहा हो तेरी कार ले गए तेरे कमरे की चाबी ले गए वो कमरे की चाबी पिछले मैनू साल ने कटवाया एक बार अच्छा एवं कहते मेरी सहेली है भैन यार कहने तेरी भरजाई है प्राइवेट गल करी ਉਦੋਂ ਘਰੇ ਚਲਾ ਗਿਆ ਉਹ ਤੇ ਹੁਣ ਕੁੜੀ ਕੀ ਸੀਗੀ ਕੁੜੀ ਨੇ ਬੇਸਿਕਲੀ ਸਕੂਲ ਚੋਂ ਬੰਕ ਮਾਰਿਆ ਸੀ ਤੇ ਕਿਉਂਕਿ ਕੁੜੀ ਦੀ ਕਿਸਮਤ ਐਡੀ ਮਾੜੀ ਰਹੀ ਜਿੱਦਣ ਸਕੂਲ ਚੋਂ ਬੰਕ ਮਾਰਿਆ ਉਦੋਂ ਉਹ ਟਿਫਨ ਨਹੀਂ ਲੈ ਕੇ ਗਈ ਨਾਲ ਤੇ ਉਹਦਾ ਭਾਈ ਟਿਫਨ ਦੇਣ ਆ ਗਿਆ ਅੱਧੀ ਛੁੱਟੀ ਵੇਲੇ ਵੀ ਖਾਓ ਰੋਟੀ ਹੈ ਤੇ ਅੱਧੀ ਛੁੱਟੀ ਵੇਲੇ ਜਦੋਂ ਟਿਫਨ ਦੇਣ ਆਇਆ ਉਹ ਤੇ ਓਬਵੀਅਸਲੀ ਭੈਣ ਦਾ ਉੱਥੇ ਹੈ ਨਹੀਂ ਭੈਣ ਤਾਂ ਗੱਲਬਾਤ ਕਰਨ ਗਈ ਹੋਈ ਹੈ ਓ ਯਾਰ ਬਈ ਉਹ ਐਕਚੁਅਲੀ ਟਿਫਨ ਵੀ ਕਰੇ ਗੱਲਬਾਤ ਦੇ ਚਾਅ ਚ ਹੀ ਭੁੱਲ ਗਈ ਸੀ ਬਿਲਕੁਲ ਹਾਂ ਵੀ ਸੱਜਣਾ ਨੂੰ ਮਿਲਣ ਜਾਣਾ ਜਾ ਤੇ ਉਹਨੇ ਬਾਈ ਜਦੋਂ ਛੁੱਟੀ ਹੋਈ ਉਹ ਸਾਲੇ ਛੱਡਣ ਵਾਗੇ ਕੁੜੀ ਨੂੰ ਅੱਛਾ ਅੱਛਾ ਓਬਵੀਅਸਲੀ ਗੱਲਬਾਤ ਤੋਂ ਬਾਅਦ ਤੇ ਛੱਡੀ ਉਹਦੇ ਭਾਈ ਨੇ ਦੇਖ ਲਈ ਵੀ ਕਿਸੇ ਹੋਰ ਦੀ ਕਾਰ 'ਚ ਉੱਤਰ ਰਹੀ ਹੈ ਮਤਲਬ ਆਪਦੇ ਰਿਸ਼ਤੇਦਾਰ ਬੁਲਾ ਰੱਖੇ ਸੀਗੇ ਕੁੜੀ ਨੂੰ ਕਾਰ 'ਚ ਬਿਠਾਇਆ ਉਹਨੂੰ ਦੱਸ ਕਿੱਥੋਂ ਕਿੱਥੇ ਗਈ ਸੀ ਅੱਛਾ ਹੁਣ ਓਬਵੀਅਸਲੀ ਮੇਰੇ ਕਮਰੇ ਦਾ ਐਡਰੈਸ ਦੱਸੂ ਯਾਰ ਮੈਂ ਹਜੇ ਕਲਾਸ 'ਚ ਹੀ ਲਾ ਕੇ ਮੁੜਈ ਸੀ ਉੱਥੋਂ ਤੇ ਮੈਨੂੰ ਕਹਿੰਦੀ ਉਹਨੂੰ ਕਹਿੰਦੀ ਦੱਸ ਕੌਣ ਸੀਗਾ ਉਹ ਕਹਿੰਦੀ ਸਾਲੀ ਨੇ ਕਿਤੇ ਤਾਂ ਤੂੰ ਕਹਿ ਵੀ ਮੈਨੂੰ ਤਾਂ ਪਤਾ ਨਹੀਂ ਬਈ ਮੇਰਾ ਨਾਮ ਲੈ ਤਾਂ ਕਹਿੰਦੀ ਉਹ ਉਹਦਾ ਕਮਰਾ ਸੀ ਉਹ ਪ੍ਰੋਵਾਈਡ ਕਰਵਾਵਾ ਅੱਛਾ ਤੇ ਸੰਗਰੂਰ ਦੀਆਂ ਭੀੜੀਆਂ ਗਲੀਆਂ ਬਈ ਉਹ 6-7 ਜਣੇ ਮੈਂ ਇਕੱਲਾ ਮੈਂ ਭੈਣ ਚੋਂ ਮੂਹਰੇ ਹੋ ਮੇਰੇ ਮਗਰ ਉਹ ਠੀਕ ਹੈ ਬਈ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਗੱਲਬਾਤ ਕਰਨ ਵਾਸਤੇ ਕਮਰੇ ਦੋਗੇ ਤਾਂ ਹੀ ਕੁਝ ਹੋਊਗਾ ਸਮ ਹਾਊਸ ਵਾਲਿਆਂ ਨੇ ਬਈ ਫੜ ਲਿਆ ਅੱਛਾ ਕਿਉਂਕਿ ਮੈਨੂੰ ਤਾਂ ਗਲੀਆਂ ਦਾ ਪਤਾ ਨਹੀਂ ਮੈਨੂੰ ਯਾਰ 2-3 ਗਲੀਆਂ ਦਾ ਪਤਾ ਸੀਗਾ ਮੈਂ ਡੈਡ ਐਂਡ 'ਚ ਫਸ ਗਿਆ ਉਹ ਭੈਣ ਦੇ ਯਾਰ ਕੰਧ ਟੱਪ ਕੇ ਆ ਗਏ ਬਈ ਉਹ ਪਰ ਤਾਂ ਉਹਨੂੰ ਕੁੱਟਿਆ ਰੱਜ ਗਿਆ ਯਾਰ ਮੈਨੂੰ ਮੇਰੇ ਤਾਂ ਉਰੇ ਵੀ ਸਾਲਿਆਂ ਨੇ ਡੰਡਾ ਡੁੰਡਾ ਜਿਹਾ ਮਾਰਿਆ ਇੱਥੇ ਠੀਕ ਹੈ ਕਟਾਈ ਤੇ ਵਧੀਆ ਹੋਈ ਮੈਨੂੰ ਕਹਾ ਮੈਂ ਕੋਈ ਉਹਦੇ 'ਚ ਬੁਰਾਈ ਨਹੀਂ ਜਦੋਂ ਤੁਹਾਡੀ ਕੁੱਟ ਪਈ ਆ ਉਹ 'ਚ ਮੰਨਣਾ ਬਣਦਾ ਤੁਹਾਡਾ ਤੇ ਫਿਰ ਮੈਂ ਯਾਰ ਯਾਰੀ ਦੋਸਤੀ ਠੀਕ ਹੈ ਮੈਂ ਮੇਰੀ ਗੱਲ ਸੁਣੋ ਇਦੋਂ ਬਾਅਦ ਨਾ ਮਾਰਿਓ ਨਹੀਂ ਮੈਂ ਮੁੰਡੇ ਦਾ ਘਰ ਦਾ ਐਡਰੈਸ ਨਹੀਂ ਦੱਸਦਾ ਤੁਹਾਨੂੰ ਠੀਕ ਹੈ ਉਹ ਕਹਿੰਦੇ ਠੀਕ ਹੈ ਤੂੰ ਦੇਵੇਂਗਾ ਐਡਰੈਸ ਮੈਂ ਹਾਂ ਐਡਰੈਸ ਦੇਊ ਪਰ ਇਦੋਂ ਬਾਅਦ ਆਹ ਮਾਰਕਟਾਈ ਵਾਲਾ ਕੰਮ ਨਹੀਂ ਹੋਊਗਾ ਕਹਿੰਦੇ ਚਲ ਠੀਕ ਹੈ ਤੇਰੇ ਮਾਰ ਦੇਣੀ ਕਹਿੰਦੇ ਚੱਲ ਘਰ ਦਿਖਾ ਮੈਂ ਠੀਕ ਹੈ ਬਾਈ ਕੋਈ ਚੱਕਰ ਨਹੀਂ ਮੈਂ ਘਰੇ ਮੈਂ ਹਾਂ ਘਰ ਹੈ ਬਾਈ ਆਹ ਗੇਟ ਇਹਨਾਂ ਦਾ ਅਤੇ ਮੈਨੂੰ ਕਹਿੰਦੇ ਚੱਲ ਤੂੰ ਜਾ ਹੁਣ ਅਤੇ ਮੈਨੂੰ ਕਹਿੰਦੇ ਪਰ ਤੂੰ ਆਪਦਾ ਨਾਮ ਦੇ ਕੇ ਜਾ ਮੈਨੂੰ ਇੰਨਾ ਪਤਾ ਸੀ ਕਿ ਜੇ ਆਪਦਾ ਅਸਲੀ ਨਾਮ ਦੇਤਾ ਮੇਰਾ ਬੁੜਾ ਮੈਨੂੰ ਬਹੁਤ ਕੁੱਟੂ ਠੀਕ ਹੈ ਕਿਉਂਕਿ ਉਹਨੇ ਐਂ ਨਹੀਂ ਦੇਖਣਾ ਮੇਰੀ ਗਲਤੀ ਨਹੀਂ ਹੁਣ ਤਾਂ ਉਹ ਦੇਖਣਾ ਵੀ ਤੇਰਾ ਤੇਰੇ ਕਰਕੇ ਥਾਣੇ 'ਚੋਂ ਨਾਮ ਤੇਰਾ ਮਤਲਬ ਥਾਣੇ 'ਚੋਂ ਤੇਰੇ ਨਾਮ ਦਾ ਫੋਨ ਆਇਆ ਵੀ ਤੈਨੂੰ ਹੁਣ ਮੈਂ ਮਰਡਰ ਕਰੂੰ ਬਣਦਾ ਹੀ ਮਰਡਰ ਹੀ ਬਣਦਾ ਡੈਡੀ ਕਹਿੰਦਾ ਕੀ ਹੋ ਗਿਆ ਮੈਂ ਯਾਰ ਵੀ ਸ਼ਹਿਰ ਦੀ ਲਾਈਫ ਮੈਨੂੰ ਪਸੰਦ ਨਹੀਂ ਆ ਰਹੀ ਮੈਂ ਤਾਂ ਸਕੂਨ ਪੀਸ ਮੈਂ ਅਪਡਾਊਨ ਕਰਿਆ ਕਰੂੰ ਮੈਂ ਤੇ ਉਦੋਂ ਬਾਅਦ ਜਦੋਂ ਮੈਨੂੰ ਮਹੀਨੇ ਕੁ ਬਾਅਦ ਮਿਲਿਆ ਉਹ ਵਧੀਆ ਲੱਤਾਂ ਜਿਹੀਆਂ ਲਾਲ ਕਰਾਈ ਫਿਰਦਾ ਸੀ ਉਹ ਚੌੜੀਆਂ ਜਿਹੀਆਂ ਲੱਤਾਂ ਕਰਕੇ ਤੁਰਦਾ ਸੀਗਾ ਫਿਰ ਮੇਰੇ ਡੈਡੀ ਨੂੰ ਵੀ ਹੌਲੀ ਹੌਲੀ ਪਤਾ ਲੱਗ ਗਿਆ ਵੀ ਆਹ ਗੱਲਬਾਤ ਹੋਈ ਸੀ ਮੈਨੂੰ ਕਹਿੰਦਾ ਤੇਰਾ ਨਾਮ ਤਾਂ ਨਹੀਂ ਆਇਆ ਮੈਂ ਨਾ ਜੇ ਕਹਿੰਦਾ ਆਇਆ ਹੁੰਦਾ ਤੇਰੇ ਤੈਨੂੰ ਫਿਰ ਮੈਂ ਦੱਸਦਾ ਥਾਣੇ 'ਚ ਨਾਮ ਆਉਣ ਦਾ ਮਤਲਬ ਕੀ ਮਤਲਬ ਤਿਆਰੀ ਸੀ ਹਾਂ ਉਹ ਤਾਂ ਬੇਸਿਕਲੀ ਡਿਸਅਪੁਆਇੰਟਡ ਸੀ ਡੰਡੇ ਨੂੰ ਤੇਲ ਲਾ ਲਿਆ ਸੀ ਹਾਂ ਉਹਦਾ ਉਹ ਡਿਸਅਪੁਆਇੰਟਡ ਸੀ ਵੀ ਉਹਦਾ ਨਾਮ ਆ ਜਾਂਦਾ ਨਾ ਓਏ ਇਹਨੂੰ ਤਾਂ ਮੈਂ ਇਹਨੂੰ ਮੈਂ ਦਿੰਦਾ ਤੇਲ ਔਰ ਫਿਰ ਮੈਨੂੰ ਉਹਨੇ ਇੱਕ ਡਾਇਲੌਗ ਮਾਰਿਆ ਕਹਿੰਦਾ ਗੱਲ ਸੁਣ ਕੁੜੀਆਂ ਵਾਲੇ ਮਾਮਲੇ 'ਚ ਮੈਡਲ ਨਹੀਂ ਪੈਂਦੇ ਹੁੰਦੇ ਛਾਂ ਵੀ ਪੈਂਦੀ ਹੁੰਦੀ ਔਰ ਤੇਰੇ ਪਈ ਨਹੀਂ ਤੂੰ ਬਚ ਗਿਆ ਉਦੋਂ ਬਾਅਦ ਆਪਾਂ ਵੀ ਉਹ ਲਾ ਲਿਆ ਵੀ ਕੁਛ ਵੀ ਹੋ ਜਾਏ ਯਾਰ
ठीक है, कुड़ियों के मामले च नाम आना ही नहीं ठीक है। मैं तो जी कुड़ी मिले करे पिंड की कुड़ी मिले करे दूजे पिंड की मेरी तीजे पिंड आप सिस्टर कह के गल करते कोई चक्कर नहीं ब्याह जिंदा होना हो ही जाऊगा टेंट वाली गल कर रहे बी तुम भी जानते हो वैसे बंद नाम वाला मनदीप है तो सहेली नाम से जस एम ते जे लिखा लिया एम जे ठीक है हुण ऑब्वियसली पपी लव सी ते टुट गया हुण जेड़ा कोई भी उहनू पुछदा भी एम जे लिखा मनदीप जंडपुर लिखाया जंडपुरी लिखाया असीं नाम वैसे जोड़ता सी भी जसप्रीत बेचारे आशकी च एडे नंग हो जाते ना कि फिर जे मतलब गर्लफ्रेंड नूं बाहर लै भी गए फिर उत्थे मेन्यू च देखणगे भी चल भी मतलब मेरे को इन्ना कहा भी इहनूं वधिया चीज़ खवा दूं भी मेरे वास्ते यार फ्रेंच फ्राइज ही लिया फिर अजकल उह पता किवें पता लगता वॉल्यूम जी घट यमुना नगर की सहेली आ उसको जब भी जाओ महा भाई क्या होया ओ यार घर फस गई थी जड़ी घर ही फसी जाया मतलब कई फसा के बेचारी पिंड फिर ग्यारहवीं फस जाती है उनका ब्याह कर देंगे फिर यार ब्याह करा एक अपने अपनी सहेली को हरेक मुंडा डाउन हों मरे फैर अपने फलाना कर मेरे ना स्कूल कॉलेज से उदो मैं एक कुड़ी गल कर लग गई इदा तो थोड़ी जो अगे वी गल कैनू वधिया तो लगते हो पर यार भी मेरा बॉयफ्रेंड बड़ा खतरनाक है भी वह नहीं पता गोलियां मार दे थोड़े जो पता लगे मैं यार कौन है उन्हें नाम लिया साडे पिंड वाले मंगी का मैं भैन उन्होंने पुछी कहीं तीर दे डंडा मारे उन्हें तो उन्हें कहानियां है सुना रखी भी जिस तरह छुट्टी होवा शनिवार संडे बंदूक वगैरह मंगवा गा उनकी फोटो खिंच ली अपनी मां कलोनी मां हाउस मां कंपनी मां धक्क पाई हुई पूरी पर अपने कोल बंदूक है पिस्तौल है और भी अपना कुड़ी उसनू पुछ रही भी मतलब थम तो बाले तत्ते हैं वो न्यू ही मतलब जान जान का बस का कॉलेज टाइम में बहुत बदमाशी करी छोटी खंग पिछे बंदा मार दे सारे ए लग रहे भी पांच पांच छे छे कतल के मुकदमे चलते हो भेड़े छुट्टी लेकर गया दो दिन अपनी बुआ पा उसने पुछ रही भी क्या चक्करा कहा गया तरीक ते गए ना मेरी गर्लफ्रेंड सी एक ठीक है मतलब पपी लव वाली ठीक है तो वो मतलब शहर वाले स्कूल च पढ़ती सी मैं पिंड वाले च पढ़ता सीगा तो उन्हें ना की करना यार भी हुण उहदे जिहड़े तुहानूं पता है भी शहरी जवाक हुंदे ने जिहड़े उहनां च बदमाशी ज्यादा हुंदी है पिंड वाले तां मोस्टली फ्रेंड्स हुंदे ने क्योंकि थोड़ी जान पछाण हुंदी है ठीक है वह कहिंदी भी मेरी क्लास मेरी स्कूल वाले मुंडे ने तुहानूं मिलना चाहुंदे ने मैं ਉਹਨਾਂ ਨਾਲ ਮੇਰਾ ਕੀ ਲੈਣਾ ਦੇਣਾ ਬਾਈ ਮੈਂ ਮੇਰੇ ਨਾਲ ਕੋਈ ਮਿਲਣਾ ਚਾਹੁੰਦੇ ਨੇ ਉਹ ਅੱਛਾ ਅਤੇ ਫਿਰ ਮੈਂ ਤੈਨੂੰ ਪੁੱਛਿਆ ਉਹ ਕਹਿੰਦਾ ਵੀ ਉਹ ਵੀ ਤੇਰੇ 'ਤੇ ਮੱਚਦੇ ਨੇ ਵੀ ਤੈਨੂੰ ਤਾਂ ਆਪ ਸਹੀ ਹੋਈ ਹੈ ਵੀ ਤੈਨੂੰ ਕੁੱਟਣ ਨੂੰ ਫਿਰਦੇ सलमान खान है ना मेरे नाल दिया ने इन्नी कुट खादी ना कुड़िया पिछे ठीक है मेरे को मैं आहो लख जी नीली फिर तरी भरजाई पिछले लड़ाई हुई मैं अही दलेरी भी दिखाई तू है अही जी महा फुद्दू तरी मेरी भरजाई है फिर जी तेरे
ਮੇਰੀ ਪਰਜਾਈ ਪਰਜਾਈ ਬਾਈ ਦੀ ਕਟਾਈ ਸਾਰਿਆਂ ਨੂੰ ਹੈਰਾਨੀ ਹੁੰਦੀ ਸੀ ਮੋਸਟਲੀ ਮੇਰੇ ਯਾਰ ਦੋਸਤ ਨੇ ਕੁੱਟ ਖਾਧੀ 11ਵੀਂ 12ਵੀਂ ਚ ਅੱਛਾ ਜਿਹੜੇ ਟਾਈਮ 11ਵੀਂ 12ਵੀਂ ਪਤਾ ਕਿਆ ਕਿਉਂਕਿ 10ਵੀਂ ਤੱਕ ਤੋਂ ਆਪਾਂ ਨੂੰ ਹੋਵਾ ਘਰ ਕੇ ਬਹੁਤ ਪ੍ਰੈਸ਼ਰ ਕਰ ਰੱਖਾ ਆਪਾਂ ਡਰਾਂ ਵੀ ਹੈ ਘਰਕਿਆਂ ਦੇ ਫਿਰ 11ਵੀਂ 12ਵੀਂ ਐਸੀ ਸਟੇਜ ਆਵਾ ਵੀ ਆਪਾਂ ਨੂੰ ਕਾਲਜ ਮਾ ਜਾ ਕੇ ਉਹ ਗੈਂਗਸਟਰ ਟਾਈਪ ਗੁੰਡਾ ਟਾਈਪ ਆਪਣੀ ਛਵੀ ਬਣਾਉਣੀ ਆ ਉਹ ਇੱਕ ਕਈ ਕੁੜੀਆਂ ਨੂੰ ਇਹ ਉਹ ਵੀ ਹੁੰਦਾ ਵੀ ਮੇਰਾ ਬੁਆਏਫ੍ਰੈਂਡ ਮੇਰੇ ਪਿੱਛੇ ਲੜੇ ਹਾਂ ਫਿਰ ਮੈਂ ਇਮੇਜ ਬਣਾਉਂ ਆਪਣੀਆਂ ਸਹੇਲੀਆਂ 'ਚ ਫਿਰ ਮੁੰਡਿਆਂ 'ਚ ਵੀ ਤਾਂ ਹੁੰਦਾ ਪੰਜਾਬੀ ਗਾਣੇ ਦੇਖੇ ਹੋਏ ਅੱਛਾ ਇੱਕ ਆਪਣੇ ਐਸੇ ਹੋਵਾਂ ਕਈ ਜਿੰਦਗੀ ਆਪਾਂ ਵਿਆਹ ਸ਼ਾਦੀ ਮੈਂ ਚੱਲ ਜਾਵਾਂ ਜਾਂ ਕਹੀਂ ਵੀ ਫੰਕਸ਼ਨ ਮੈਂ ਚਲੇ ਗਏ ਮੈਂ ਭੈਣ ਕੇ ਤੁਹਾਨੂੰ ਵਿਆਹ ਸ਼ਾਦੀ ਇੰਜੋਏ ਕਰਨ ਨੂੰ ਦੇਣੇ ਤਿੰਨ ਚਾਰ ਪਰਜੀ ਹੋਵਾਂਗੀ ਉਨਕੀ ਜਿਮ ਇੱਕ ਦੋ ਬਾਰ ਛੋਕਰੀ ਨੇ ਦੇਖ ਲਿਆ ਉਹ ਬਾਈ ਚਲੋ ਨੰਬਰ ਫੜਾ ਕੇ ਆਉਣਾ ਨਾਲੇ ਫਿਰ ਕਰਨਾ ਵੀ ਨੀ ਕੁਛ ਕੁਛ ਨੀ ਮਹਾ ਚੱਲ ਗਿਆ ਚਿਕਨ ਟਿੱਕੇ ਪਹੁੰਚੇ ਉਸ ਬਾਅਦ ਉਹ ਬਾਈ ਆ ਫੇਰ ਖਾਲੀ ਪਹਿਲਾਂ ਨੰਬਰ ਫੜਾ ਕੇ ਆਉਣਾ ਤੇਰੀ ਭਰਜਾਈ ਨੂੰ ਭੈਣ ਤੇ ਦੋ ਵਾਰ ਦੇਖ ਕੇ ਤੇਰੀ ਭਰਜਾਈ ਵੀ ਮਤਲਬ ਮੇਰੀ ਭਰਜਾਈ ਵੀ ਬਣ ਗਈ ਯਾਰ ਵਿਆਹ ਨੂੰ ਤਾਂ ਬੇਸਿਕਲੀ ਇਹ ਖੁੱਲਾ ਖਾਤਾ ਹੀ ਸਮਝ ਦੇਣਾ ਵਿਆਹਾਂ ਤਾਂ ਜਾ ਕੇ ਕੁੜੀ ਫਿਰ ਕੋਟ ਜੇ ਪੜਵਾਉਂਦੇ ਨੇ ਸਬਜ਼ੀ ਸੁਬਜ਼ੀ ਲੱਗੀ ਹੁੰਦੀ ਅਗਲਾ ਪਲੇਟ ਮਾਰਦਾ ਸਿਰ ਚ ਜਿਹੜੇ ਜ਼ਿਆਦਾ ਇਸ ਤਰ੍ਹਾਂ ਥੋੜੇ ਦਲੇਰ ਹੋਵਾਂ ਫਿਰ ਵਿਆਹ ਮੈਂ ਲੜਾਈ ਕੇ ਦੋ ਕਰਨੀ ਹੋਵਾਂ ਇੱਕ ਤੋਂ ਜਿਹੜੇ ਸ਼ਰਾਬੀ ਜਾਂ ਡੀ ਜੇ ਵਾਲਾ ਬੰਦ ਕਰਦੇ ਉਸ ਨੂੰ ਡੀ ਜੇ ਚਲਾਓ ਇੱਕ ਨੇ ਜਿਹੜੇ ਭੈਣ ਦੇ ਥੋੜੇ ਦਲੇਰੀ ਦਾਰੂ ਪੀਗਾ ਉਹ ਜਾ ਫੜਾਇਆ ਨੰਬਰ ਫਿਰ ਮਹਾਂ ਜਗ੍ਹਾ ਫੜੇ ਨੰਬਰ ਫੜਾ ਨੰਬਰ ਫੜਾ ਵੀ ਆਵੇਂਗਾ ਕੁੜੀ ਫੋਨ ਵੀ ਕਰ ਲਓ ਫਿਰ ਉਹਨਾਂ ਤੋਂ ਗੱਲ ਨਹੀਂ ਹੁੰਦੀ ਨਾਲੇ ਫਿਰ ਉਹਨਾਂ ਗੱਲ ਵੀ ਹੋਰ ਦੱਸੋ ਤੇ ਆ ਉਹ ਕੀ ਗੱਲ ਕਰਾਂ ਭੈਣ ਦੇ ਰਹੀ ਵੀ ਫੜ ਹੁਣ ਮੇਰੀ ਗਰਲਫ੍ਰੈਂਡ ਦੇ ਜਿਹੜੇ ਮਤਲਬ ਕਿ ਮੇਲ ਫਰੈਂਡਸ ਨੇ ਉਹਨਾਂ ਦੀ ਆਪਦੀਆਂ ਗਰਲਫ੍ਰੈਂਡਾਂ ਨੇ ਉਹ ਭੈਣ ਦੇ ਯਾਰ ਦੋ ਦੋ ਘੰਟੇ ਲੱਗੇ ਰਹਿੰਦੇ ਨੇ ਕਿਤੇ ਮੇਰੀ ਗਰਲਫ੍ਰੈਂਡ ਮੈਨੂੰ ਕਹੂ ਵੀ ਕਿੱਧਰ ਤੂੰ ਤੂੰ ਕਰਤਾ ਨਹੀਂ ਬਾਤ ਕਹਿੰਦੀ ਮੇਰੇ ਮੈਂ ਭੈਣ ਚੋਂ ਕਿੱਧਰੋਂ ਬਾਤ ਕਰਾਂ ਯਾਰ ਬਾਤ ਨਹੀਂ ਕਰਦਾ ਤੇ ਪਿਆਰ ਬਾਤ ਸਾਲੀ ਹਾਂ ਹਾਂ ਇੱਕ ਆ ਵੀ ਕੋਰਿਲੇਸ਼ਨ ਹੁੰਦਾ ਹੈ ਅਗਰ ਤੁਹਾਡੇ ਪਾਸ ਬਾਤ ਨਹੀਂ ਕਰਨੇ ਕਾ ਤਾਂ ਮਤਲਬ ਪਿਆਰ ਵੀ ਨਹੀਂ ਦੋ ਤਿੰਨ ਲਾਈਨਾਂ ਵੀ ਨੇ ਇਹਨਾਂ ਕੋਲ ਪ੍ਰਾਇਓਰਿਟੀਜ਼ ਚੇਂਜ ਹੋ ਗਈ ਤੁਹਾਡੀ ਪਲਾਨ ਹੋ ਗਿਆ ਚੇਂਜ ਹੋ ਜਾਂਦਾ ਵੀ ਪਹਿਲਾਂ ਤਾਂ ਤਾਂ ਕਰਦੀ ਕਿਉਂਕਿ ਜਾਣ ਪਛਾਣ ਕਰਦੇ ਸੀ ਬਈ ਤੈਨੂੰ ਘਰ ਦਾ ਐਡਰੈਸ ਪੁੱਛ ਲਿਆ ਨਾਮ ਪੁੱਛ ਲਿਆ ਨੰਬਰ ਪੁੱਛ ਲਿਆ ਹੁਣ ਜਦੋਂ ਸਾਰਾ ਕੁਝ ਪਤਾ ਹੈ ਤੇ ਕਈ ਗੱਲਾਂ ਦਾ ਜਵਾਬ ਵੀ ਪਤਾ ਹੈ ਫਿਰ ਉਸ ਤੋਂ ਬਾਅਦ ਤਾਂ ਖਤਮ ਹੀ ਹੋਊਗੀ ਨਾ ਯਾਰ ਗੱਲ ਸਾਰਾ ਕੁਝ ਮੁੱਕ ਜਾ ਵੀ ਕੌਣ ਸਾ ਟੂਥਪੇਸਟ ਕਰਾਇਆ ਕੌਣ ਸੀ ਸਾਬਣ ਲਾਵਾਂ ਆ ਕੌਣ ਸਾ ਸ਼ੈਂਪੂ ਲਾਵਾਂ ਆ ਓਏ ਕੱਲੀ ਕੱਲੀ ਚੀਜ਼ ਦਾ ਪਤਾ ਹੁੰਦਾ ਇਹਨਾਂ ਨੂੰ ਠੀਕ ਹੈ ਕਿਉਂਕਿ ਸ਼ੁਰੂ 'ਚ ਜਿਹੜੇ ਪਹਿਲੇ ਇੱਕ ਦੋ ਸਾਲ ਹੁੰਦੇ ਤੁਸੀਂ ਸਾਰਾ ਕੁਝ ਦੱਸ ਦਿੰਦੇ ਹੋ ਇਹਨਾਂ ਨੂੰ ਹੋਰ ਉਦੋਂ ਤੁਹਾਡੀ ਲਾਈਫ ਇੰਨੀ ਇੰਟਰਸਟਿੰਗ ਹੁੰਦੀ ਨਹੀਂ ਵੀ ਰੋਜ਼ ਸੋ ਤੁਸੀਂ 2 ਘੰਟੇ ਦਾ ਮਟੀਰੀਅਲ ਇਹਨਾਂ ਨੂੰ ਦੇ ਸਕਦੇ ਨੇ ਜਿਹੜੇ ਫੋਨ ਬਾ ਲਗੇ ਰਹਿਣਾ 24 ਘੰਟੇ ਮੇਰੀ ਤੋਂ ਸਲਾਹ ਇਹਨੂੰ ਨਹੀਂ ਹੋਵਾ ਥੰਬ ਨਹੀਂ ਕਰੋ ਭੈਣ ਜੇ ਫੋਨ ਨੂੰ ਆ ਗੈਸ ਵੈਲਡਿੰਗ ਕਰਵਾ ਲਓ ਵੀ ਉੱਪਰ ਨੂੰ ਐਸਾ ਜਾਂ ਫੋਨ ਵੈਲਡਿੰਗ ਕਰਵਾ ਲਓ ਵੀ ਹੱਥ ਲਾਣੇ ਦੀ ਜ਼ਰੂਰਤ ਨਹੀਂ ਭੈਣ ਜੇ ਬਾਹ ਦੁਖਣ ਲੱਗ ਜਾਵੇ ਮੇਰੇ ਹਾਂ ਕਿਵੇਂ ਕੀ ਓਏ ਚੱਲ ਮੁੰਡਿਆਂ ਦਾ ਜਸਟੀਫਾਈ ਵੀ ਹੋ ਜਾਂਦਾ ਵੀ ਸਾਲੇ ਬਾਹਰ ਬੂਰ ਫਿਰਦੇ ਗੱਲ ਕਰਦੇ ਨੇ ਕੁੜੀ ਘਰੇ ਰਹਿ ਗਏ ਕਿਵੇਂ ਗੱਲ ਕਰ ਸਕਦੀ ਹੈ ਯਾਰ ਸਕਿੱਲ ਸਕਿੱਲ ਹੋਵਾ ਯਾਰ ਸਕਿੱਲ ਹੁੰਦੀ ਹੈ ਕੁੜੀਆਂ ਦੀ ਸਕਿੱਲ ਹੁੰਦੀ ਹੈ ਸਕਿੱਲ ਹੈ ਬੇਸਿਕਲੀ ਯਾਰ ਕੁੜੀਆਂ ਤੇ ਮੁੰਡਿਆਂ 'ਚ ਇਹ ਫਰਕ ਹੁੰਦਾ ਵੀ ਜੇ ਤੂੰ ਕੱਪੜੇ ਲੈਣ ਗਿਆ ਦੁਕਾਨ 'ਚ 5 ਮਿੰਟਾਂ 'ਚ ਤੂੰ ਮੁੜ ਆਵੇਂਗਾ ਠੀਕ ਹੈ ਕਿਉਂਕਿ ਤੈਨੂੰ ਪਤਾ ਐਗਜੈਕਟਲੀ ਕੀ ਲੈਣਾ ਤੈਨੂੰ ਉਹੀ ਚੀਜ਼ ਦਿਖ ਰਹੀ ਹੈ ਉਹ ਪਈ ਆ ਸਾਹਮਣੇ ਪੈਂਟ ਕਿਉਂਕਿ ਆਪਾਂ ਜੇ ਕਈ ਵਾਰੀ ਉਹ ਦਿਖਾ ਵੀ ਰਿਹਾ ਹੁੰਦਾ ਤਾਂ ਕਹਿੰਦੇ ਬਈ ਕੋਈ ਨਹੀਂ ਸਾਨੂੰ ਸਾਈਜ਼ ਦੱਸ ਦੇ ਕਿਹੜੇ ਖਾਨੇ 'ਚ ਵੀ ਜਿਹੜੀ ਵਧੀਆ ਲੱਗੂ ਉਹ ਯਾਰ ਕਢਾ ਲਾਂਗੇ ਵੀ ਉਨੀਓ ਕਢਾ ਕੇ ਇਹਨਾਂ ਨਾਲ ਯਾਰ ਸ਼ਾਪਿੰਗ ਕਰਨ ਜਾਣਾ ਕੁੜੀਆਂ ਨਾਲ ਮਤਲਬ ਕਿ ਬੇਸਿਕਲੀ ਤੇਰੇ ਵਾਸਤੇ ਹੱਲ ਹੁੰਦਾ ਉਹ ਕਿਉਂਕਿ ਸਾਰਿਆਂ ਉਹੀ ਗੱਲ ਇੱਕ ਤਾਂ ਇਹਨਾਂ ਨੂੰ ਛੇਤੀ ਕੋਈ ਚੀਜ਼ ਪਸੰਦ ਹੀ ਨਹੀਂ ਆਉਂਦੀ ਠੀਕ ਹੈ ਫਿਰ ਜਿਹੜੀ ਚੀਜ਼ ਇਹਨਾਂ ਨੇ ਕਿਸੇ ਹੋਰ ਦੇ ਪਾਈ ਹੋਈ ਦੇਖ ਲਈ ਫਿਰ ਉਹ ਇਹਨਾਂ ਨੂੰ ਚਾਹੀਦੀ ਹੈ ਫਿਰ ਉਹ ਹੁਣ ਨਾ ਤਾਂ ਤੈਨੂੰ ਪਤਾ ਕਿਉਂਕਿ ਤੇਰਾ ਤਾਂ ਵੈਸੇ ਇੰਟਰਸਟ ਹੈ ਨਹੀਂ ਕੱਪੜਿਆਂ 'ਚ ਨਾ ਪਾਈ ਵੀ ਦੇਖ ਲਈ ਫਿਰ ਤੈਨੂੰ ਫੋਟੋ ਦਿਖਾ ਦੇਣਾ ਵੀ ਇਹ ਜੀ ਚਾਹੀਦੀ ਹੈ ਪਰ ਆਹ ਨਹੀਂ ਚਾਹੀਦੀ ਸਟਾਈਲ ਸਟਾਈਲ ਇਹ ਪਰ ਚੀਜ਼ ਕੰਪਲੀਟਲੀ ਡਿਫਰੈਂਟ ਜਿਹੜੇ ਸੇਲਜ਼ਮੈਨ ਹੁੰਦੇ ਨੇ ਉੱਥੇ ਯਾਰ ਉਹ ਵੀ ਕਨਫਿਊਜ਼ ਹੁੰਦੇ ਨੇ ਵੀ ਕੀ ਭਾਲਦੀਆਂ ਨੇ ਬਈ ਯਾਰ ਤੂੰ ਨਾਲ ਆਇਆ ਤੂੰ ਤਾਂ ਵਾਪੇ ਦੇ ਜਾ ਯਾਰ ਮੈਂ ਬੈਠਾ ਇਹਨਾਂ 'ਚ ਬੈਸਟ ਕੁਆਲਿਟੀ ਉਹ ਪੂਰਾ ਸ਼ੋਰੂਮ ਖੁਲਵਾ ਲੈਣਾ ਫਿਰ ਤੁਹਾਡੇ ਪਾਸ ਤਾਂ ਕੁਛ ਨਹੀਂ ਹੈਗਾ ਅਗਲੇ ਦਾ ਭੈਣ ਚੋਂ 50 ਲੱਖ ਦਾ ਸਮਾਨ ਮਿੱਟੀ ਕਰ ਕਈ ਵਾਰ ਕੁਝ ਰੱਖਿਆ ਪਤਾ ਨਹੀਂ ਕਈ ਵਾਰ ਤੈਨੂੰ ਕਹਿਣਾ ਪੈਂਦਾ ਵੀ ਯਾਰ ਐਂ ਬੇਇੱਜ਼ਤੀ ਨਾ ਕਰਿਆ ਕਰ ਵੀ ਤੂੰ ਕਹਿੰਦਾ ਕਰ ਵੀ ਮੈਨੂੰ ਪਸੰਦ ਨਹੀਂ ਆਇਆ ਇੱਕ ਸੋਸ਼ਲ ਐਕਸਪੈਰੀਮੈਂਟ ਵੀ ਹੈ ਵੀ ਇਸ ਲਈ ਵੀ ਉਹਨਾਂ ਨੇ 10 ਮੁੰਡੇ ਲਏ 10 ਕੁੜੀਆਂ ਲਈਆਂ ਅਤੇ 10 ਮੁੰਡਿਆਂ ਨੂੰ ਚੋਇਸ ਦਿੱਤੀ ਵੀ ਆਹ ਚੀਜ਼ਾਂ ਜਦੋਂ ਤੁਸੀਂ ਚੂਜ਼ ਕਰਨਾ ਹੈ ਅਤੇ 10 ਕੁੜੀਆਂ ਨੂੰ ਚੋਇਸ ਦਿੱਤੀ ਵੀ ਆਹ ਤੁਸੀਂ ਇੱਕ ਚੀਜ਼ ਚੂਜ਼ ਕਰਨੀ ਆ ਚੀਜ਼ਾਂ 'ਚੋਂ ਮੁੰਡਿਆਂ ਨੇ 15 ਮਿੰਟ 'ਚ ਨਿਬੇੜਤਾ ਵੀ ਅਸੀਂ ਸਾਰਿਆਂ ਨੇ ਆਹ ਚੀਜ਼ ਚੂਜ਼ ਕਰੀ ਹੈ ਜੀ ਠੀਕ ਹੈ ਕੁੜੀਆਂ ਨੂੰ 6 ਘੰਟੇ ਲੱਗੇ ਦੋ ਮੁੰਡੇ ਕੁੜੀ ਨੂੰ ਪਸੰਦ ਕਰਦੇ ਨੇ ਕੁੜੀ ਨੂੰ ਪਤਾ ਦੋ ਮੁੰਡੇ ਪਸੰਦ ਕਰਦੇ ਨੇ ਫਿਰ ਕੁੜੀ ਵਾਸਤੇ ਚੋਇਸ ਬਹੁਤ ਔਖੀ ਹੁੰਦੀ ਆ ਮਤਲਬ ਆਸ ਪਾਸ ਦੇ ਬੰਦਿਆਂ ਨੂੰ ਪੁੱਛਦਾ ਰਹਿਣਾ ਵੀ ਆਏ ਤੇ ਸਟੱਡੀ 'ਚ ਵੈਸੇ ਹੈਰਾਨੀਜਨਕ ਤਰੀਕੇ ਨਾਲ ਇਹ ਨਿਕਲ ਕੇ ਆਇਆ ਵੀ
ਕੁੜੀਆਂ ਛੇਤੀ ਦੱਸ ਦਿੰਦੀਆਂ ਨੇ ਵੀ ਅਸੀਂ ਕਮਿਟਿਡ ਆ, ਮੁੰਡੇ ਤਾਂ ਮੰਨਦੇ ਹੀ ਨਹੀਂ, ਭੈਣ ਦੇ ਨਾਲ ਪੰਜ ਕੁੜੀਆਂ ਸੈੱਟ ਆਉਣੀਆਂ, ਨਾ ਨਾ ਸਿੰਗਲ ਹੀ ਆ, ਮੈਂ ਸਿੰਗਲ ਆ ਇਹ ਫਿਰ ਇਹ ਵੀ ਹੁੰਦੇ ਨੇ ਆਪਦੀ ਗਰਲਫ੍ਰੈਂਡ ਨੂੰ ਤਾਂ ਕਹਿਣਗੇ ਵੀ ਕਮਿਟਿਡ ਲਿਖ ਫੇਸਬੁੱਕ ਤੇ, ਹਾਂ ਵੀ ਇਹਨੇ ਰਿਲੇਸ਼ਨਸ਼ਿਪ ਲਿਖ, ਮਤਲਬ ਵੀ ਪਤਾ ਨਹੀਂ ਜਿੱਦਾਂ ਗਾਣਿਆਂ ਨੇ ਇਹੋ ਜਿਹਾ ਨਰੇਟਿਵ ਚਲਾ ਰੱਖਿਆ, ਪਤਾ ਨਹੀਂ ਫਿਲਮਾਂ ਨੇ ਚਲਾ ਰੱਖਿਆ ਵੀ ਕੁੜੀਆਂ ਧੋਖੇਬਾਜ਼ ਹੁੰਦੀਆਂ ਨੇ, ਹੁੰਦੀਆਂ ਹੋਣਗੀਆਂ ਬਾਈ ਪੂਰੇ 85 ਨੂੰ ਗਰਲਫ੍ਰੈਂਡ ਨੂੰ ਲੈ ਕੇ ਉਹਦੇ ਬਾਰੇ ਪੁੱਠਾ ਨਾ ਬੋਲੀ, ਫਿਰ ਜੇ ਪੁੱਛ ਲੈ ਵੀ ਆਹ ਕਿਸ ਨਾਲ ਫਿਰਦਾ ਤੁਰੀ ਦੂਜੀ ਕੋਈ ਅਲੱਗ ਕਾਇੰਡ ਦਾ ਪਿਆਰ ਹੁੰਦਾ ਵੀ ਸਾਰਿਆਂ ਨਾਲ ਹੀ ਹੁੰਦਾ, ਇੱਕ ਗੱਲ ਤਾਂ ਹੈਗੀ ਆ ਕਿ ਜਦੋਂ ਕੁੜੀਆਂ ਚੀਟ ਕਰਦੀਆਂ ਨੇ ਉਹ ਬਾਹਲਾ ਵੱਡਾ ਇਸ਼ੂ ਬਣ ਜਾਂਦਾ, ਅਸਲੀ ਚੀਟ ਤਾਂ ਮੁੰਡੇ ਵੱਧ ਕਰਦੇ ਨੇ, ਉਹ ਇਹ ਪਤਾ ਕਿਆ ਪ੍ਰੂਵਨ ਫੈਕਟ ਹੈ, ਪਰ ਮੁੰਡੇ ਫਿਰ ਸਾਰੇ ਨੂੰ ਸੱਚਾ ਪਿਆਰ ਕਰਦੇ ਹੁੰਦੇ ਨੇ, ਐਂ ਵੀ ਉਹਦੇ ਨਾਲ ਚਲੋ ਮੈਂ ਹੁਣ ਨਾਮ ਤਾਂ ਕਾਹਨੂੰ ਲੈਣਾ ਅਗਲੇ ਟੁੱਟ ਜੂ, ਵੀ ਉਹਦੀ 3-4 ਕੁੜੀਆਂ ਨਾਲ ਸੀ, ਵੀ ਜਦੋਂ ਸਵੇਰੇ ਉਹ ਦੂਜੀ ਨਾਲ ਗੱਲ ਕਰ ਰਿਹਾ ਸੀ ਉਦੋਂ ਇਹ ਦੂਜਾ ਮੁੰਡਾ ਕਹਿੰਦਾ ਵੀ ਮੇਰੀ ਯਾਰ ਇਹਦੇ ਨਾਲ ਹੀ ਕਰਾ ਦੇ ਫਿਰ ਗੱਲ, ਭੈਣ ਤਾਂ ਯਾਰ ਭਰਜਾਈ ਆ ਤੇਰੀ, ਮੈਂ ਪਿਆਰ ਕਰਦਾ ਹਾਂ, ਉਹ ਵੀ ਫੀਲ ਕਰ ਗਿਆ ਵੀ ਹਨਾ ਭੈਣ ਤੇ ਭਰਜਾਈ ਨੂੰ ਐਂ ਕਹਿਤਾ, ਚਲੋ ਦੂਜੀ ਨਾਲ ਕਰਦਾ ਸੀ, ਕਹਿੰਦਾ ਯਾਰ ਫਿਰ ਇਹਦੇ ਨਾਲ ਤਾਂ ਕਰਾ ਲੈ, ਇਹ ਵੀ ਭੈਣ ਚੋ ਮੈਂ ਪਿਆਰ ਕਰਦਾ ਸੈਕਿੰਡ ਭਰਜਾਈ, ਤੈਨੂੰ ਕੀ ਪਤਾ ਸੀਰੀਅਸ ਪੂਰਾ 3-4 ਹੋ ਗਿਆ, ਕਹਿੰਦਾ ਭੈਣ ਦਾ ਯਾਰ ਪਿਆਰ ਹੈਗਾ ਕਰਿਆਨੇ ਦੀ ਦੁਕਾਨ ਜਿਹੜੇ ਮਰਜ਼ੀ ਨੂੰ ਵੰਡੀਆਂ ਨੇ ਟੌਫੀਆਂ ਨੇ, ਕੋਈ ਇਹ ਵੀ ਸੱਚਾ ਪਿਆਰ, ਇਹ ਵੀ ਸੱਚਾ ਪਿਆਰ, ਇਹ ਵੀ ਸੱਚਾ ਪਿਆਰ, ਹੋਰ ਉਹ ਪਤਾ ਕਿਆ ਗੱਲਾਂ ਪੰਜਾਬੀ ਗਾਣੇ ਫਿਲਮਾਂ ਵਾ ਹਮੇਸ਼ਾ ਆਪਾਂ ਇਹੀ ਦਿਖਾਉਂਦੇ ਆਏ ਨਾ ਵੀ ਛੋਕਰੀ ਹੀ ਧੋਖਾ ਦੇ ਗਈ ਸਾਨੂੰ, ਕਿਉਂਕਿ ਮੈਜੋਰਿਟੀ ਆਫ ਰਾਈਟਰ ਮੇਲ ਨੇ ਨਾ, ਹਾਂ ਮੇਲ ਸਾਲੇ ਸਟੋਰੀਆਂ ਲਿਖਾਂ ਮੈਂ ਕੁੜੀਆਂ ਨੂੰ ਹੀ ਗਲਤ ਦਿਖਾਵਾਂਗੇ, ਹੋਰ ਕਿਹਾ ਮੈਂ ਤਾਂ ਚੌਂਕ ਗਿਆ ਜਦੋਂ ਮੈਂ ਮਤਲਬ ਸਟੱਡੀ ਵਾਸਤੇ 10 ਕੁ ਬੰਦੇ ਲੈਂਦੇ ਹੁੰਦੇ ਆ, ਉਹ ਦੱਸਾਂ ਵੀ ਭੈਣ 9 ਇਹੋ ਜਿਹੇ ਨਿਕਲੇ, ਦਸਵਾਂ ਵੀ ਚੱਲ ਆਏ ਸੀ ਵੀ ਦੋਹੇ ਉਹ ਮਰਦ ਜਾਤ ਹਰਾਮੀ ਮਾਨੋ ਹੈ, ਕੋਈ ਸ਼ੱਕ ਨੀ ਪਿਆਸ ਬੁਝਤੀ ਨਹੀਂ, ਪਿਆਸ ਬੁਝਤੀ ਕਾਹੇ ਨਹੀਂ, ਅਰੇ ਛੋਕਰੀਆਂ ਕਾ ਕਈਆਂ ਕਾ ਯੋ ਵੀ ਹੋਇਆ ਯਾਰ, ਮੈਂ ਮਤਲਬ ਆਪਾਂ ਤਾਂ ਜਿਸ ਤਰ੍ਹਾਂ ਆਪਾਂ ਯਾਰ ਦੋਸਤ ਹੋ ਗਏ, ਆਪਾਂ ਤਾਂ ਨੀ ਹੋਇਆ ਵੀ ਹੋਏ ਮੈਨੂੰ ਯਾਰ ਤੇਰੀ ਉਹ ਬਾਤ ਠੀਕ ਨਹੀਂ ਲੱਗੀ ਵੀ ਫੁੱਦੂ ਬਾਤ ਨਾ ਕਰੇ ਕਰਿਆ ਵੀ ਵਧਾ ਦਿਆਂ ਨਹੀਂ, ਚੱਲ ਬਾਤ ਖਤਮ ਹੋ ਗਈ ਆਪਣਾ ਫਿਰ ਠੀਕ, ਛੋਕਰੀਆਂ 2-3 ਦਿਨ ਹੋ ਗਏ ਮਤਲਬ ਨਾ ਤੇਰੀ ਬਾਤ ਕਰਨੀ ਨਾ ਤੈਨੂੰ ਬਤਾਉਣਾ ਵੀ ਕਿਸ ਪਿੱਛੇ ਲੜਾਈ ਆ, ਜੇ ਤੈ ਗਲਤੀ ਨਾਲ ਕਿਸੇ ਹੋਰ ਕੁੜੀ ਦੀ ਤਾਰੀਫ ਕਰਤੀ ਕੁੜੀ ਸਾਹਮਣੇ, ਚੱਲ ਵੈਸੇ ਤਾਂ ਵੀ ਜਦੋਂ ਜਿੱਦਣ ਹੋਇਆ ਵੀ ਉਦੋਂ ਤੁਸੀਂ ਮਨਾ ਲਿਆ ਉਹਨੂੰ ਐਂ ਕਰਕੇ ਨੋਨੂ ਸੋਨੂ ਪੱਪੂ ਹੋ ਗਿਆ, ਅਗਲੇ ਦਿਨ ਕੁਛ ਹੋਰ ਕਹਿਤਾ ਤੁਸੀਂ ਵੀ ਐਂ ਜਾਓ ਫਿਰ ਤੈਨੂੰ ਪਤਾ ਹੋਣਾ ਚਾਹੀਦਾ, ਮੈਨੂੰ ਕੀ ਪਤਾ ਹੋਣਾ ਚਾਹੀਦਾ, ਮੈਂ ਡਿਸਕਵਰੀ ਚੈਨਲ ਆ ਯਾਰ, ਐ ਹੋਇਆ ਵੀ ਜਦੋਂ ਤੁਸੀਂ ਖਾਸਾ ਹੀ ਪ੍ਰੈਸ਼ਰ ਪਾ ਦੋ ਨਾ ਵੀ ਯਾਰ ਦੱਸ ਕੀ ਆ, ਅਬ ਤੋਂ ਮੈਂ ਭੁੱਲ ਗਈ, ਫਿਰ ਤੁਮ ਗਏ ਹੋਏ ਥੇ ਨਾ ਕੰਟੀਨ ਮੇ, ਮੈਨੇ ਤੁਮਕੋ ਬੋਲਾ ਥਾ ਕਿ ਵੋ ਆਪਣਾ ਪੋਪਕੋਰਨ ਕਾ ਪੈਕਟ ਵੀ ਸਾਥ ਲੇ ਕਰ ਆਨਾ, ਤੁਮ ਲੇ ਕਰ ਤੋ ਆਏ ਲੇਕਿਨ ਵੋ ਸੋਲਟੀ ਵਾਲਾ ਲਿਆ, ਵੋ ਵਾਲਾ ਤੁਮੇ ਪਤਾ ਹੋਣਾ ਚਾਹੀਏ ਮੈਨੂੰ ਕੌਨ ਸਾ ਪਸੰਦ ਹੈ, ਤੁਮੇ ਪਤਾ ਕਿ ਮੈਨੂੰ ਕੌਨ ਸਾ ਪਸੰਦ ਹੈ, ਮੈਨੂੰ ਤਾਂ ਘੱਟੋ ਘੱਟ ਪਤਾ ਲੱਗੇ ਨਾ ਵੀ ਮੈਂ ਬਦਲ ਗਿਆ, ਜਾਂ ਮੈਨੂੰ ਕੋਈ ਇਸ ਲਈ ਸ਼ੀਸ਼ੇ ਮੂਹਰੇ ਭੈਣ ਚੋਦਾ ਘੰਟਾ ਖੜੇ ਕਹਾਂ ਸੇ ਬਦਲ ਗਿਆ, ਕਈ ਵਾਰ ਆਪਣੇ ਆਪ ਹੀ ਸੱਕ ਹੋ ਜਾ ਚੋ ਬਦਲ ਤੋਂ ਨਹੀਂ ਗਿਆ, ਫਿਰ ਮੈਨੂੰ ਸਾਨੂੰ ਜਿਵੇਂ ਹੁਣ ਆਪਾਂ ਸ਼ੋਅ ਜਿਹਾ ਲਾਗੇ ਕਰਨਾ, ਠੀਕ ਹੈ ਹੁਣ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਕੈਮਰੇ ਤੇ ਵਧੀਆ ਦੇਖੀਏ, ਆਪਾਂ ਇੱਕ ਦੂਜੀ ਚੀਜ਼ਾਂ ਐਕਸਟਰਾ ਕਰਨ ਲੱਗ ਗਏ, ਠੀਕ ਹੈ ਵੀ ਚੱਲ ਢਿੱਡ ਨਾ ਬਾਹਰ ਨਿਕਲੇ ਇਹ ਚੀਜ਼ਾਂ, ਠੀਕ ਹੈ ਹੁਣ ਮੈਂ ਸ਼ੀਸ਼ੇ ਮੂਹਰੇ ਖੜਾ ਹੋ ਕੇ ਨਾ ਮੈਂ ਬੇਸਿਕਲੀ ਸੋਚਣ ਲੱਗ ਜਾਂ ਵੀ ਆਹ ਮਾਸ ਜਾਣਾ ਵਧੇ ਭੈਣ ਦਾ ਯਾਰ ਵੀ ਉਮਰ, ਠੀਕ ਹੈ ਮੈਨੂੰ ਇੱਕ ਦੋ ਵਾਰ ਦੇਖ ਲਿਆ ਮੈਨੂੰ ਇਹ ਕਰਦੇ ਨੂੰ, ਠੀਕ ਹੈ ਤੂੰ ਤਾਂ ਹੁਣ ਨਿਕਲ ਗਿਆ ਮੈਨੂੰ ਕਹਿੰਦੀ ਖਤਮ ਹੋ ਗਿਆ, ਚਾਟ ਤੇ ਲੱਗ ਗਿਆ, ਇਹ ਚਾਟ ਤੇ ਲੱਗ ਗਿਆ ਹੁਣ, ਤੁਸੀਂ ਖਤਮ ਹੈ ਪਹਿਲਾਂ ਤਾਂ ਨਹੀਂ ਕਰਦਾ ਸੀ ਤੂੰ ਇਹ, ਹੁਣ ਤੈਨੂੰ ਕੀ ਚਸਕਾ ਪਿਆ ਕਰਦਾ, ਮੈਂ ਯਾਰ ਮੈਂ ਤਾਂ ਵੈਸੀ ਕਰ ਰਿਹਾ ਵੀ ਇਹ ਗਲਤ ਜਾਣ ਲੱਗ ਜਾਂਦਾ, ਇਹ ਤੂੰ ਬਦਲ ਗਈ। ਅੱਛਾ ਚਲੋ ਯੋ ਅਭੀ ਬਾਤ ਤੋਂ ਆਪਾਂ ਕਰੋ ਰਹੇ ਹਾਂ ਵੀ ਅੱਧੀ ਵੀਡੀਓ ਆਈ ਥਿੰਕ ਹੋ ਗਈ ਆਪਾਂ ਨੇ, ਅੱਧੇ ਟੌਪਿਕ ਮੁਕਾ ਦਿਆ, ਤੋ ਚੈਨਲ ਨੂੰ ਬਾਈ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਕਰ ਲਿਓ ਔਰ ਸ਼ੇਅਰ ਵੀ ਕਰ ਦਿਓ ਆਈ ਥਿੰਕ, ਹੈਨਾ ਕਮੈਂਟ ਜ਼ਰੂਰ ਕਰਿਓ ਯਾਰ, ਕਮੈਂਟ ਬਹੁਤ ਜ਼ਰੂਰੀ ਹੈ, ਕਮੈਂਟ ਨਾਲ ਪਤਾ ਲੱਗ ਜਾਂਦਾ ਵੀ ਅਸੀਂ ਕਿੰਨਾ ਸਹੀ ਜਾ ਰਹੇ ਹਾਂ, ਆਪਾਂ ਨਹੀਂ ਤਾਂ ਇਹਦੇ 'ਚ ਆਪਾਂ ਨੇ ਕਈਆਂ ਨੂੰ ਅਫੈਂਡ ਕਰਿਆ ਹੋਊ ਆਉਣਗੇ, ਕਮੈਂਟ ਕਰਕੇ ਜ਼ਰੂਰ ਆਪਣੀ ਸਹੇਲੀ ਆਪਣਾ ਸਹੇਲੇ ਦੇ ਬਾਰੇ ਜ਼ਰੂਰ ਆਪਣਾ ਪਰਸਨਲ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਨਾ ਬਈ ਸਾਰਿਆਂ, ਕੀ ਚੱਕਰ ਹੈ ਕੀ ਹੁੰਦਾ ਕੀ ਨਹੀਂ, ਇਹ ਜਿਹੜੇ ਆਪਣੇ ਯਾਰ ਦੋਸਤ ਹੋ ਕਈ ਐਸੇ ਆਸੀ ਹੋ ਜਿਨ੍ਹਾਂ ਭੈਣ 'ਚੋਂ ਦਿਲ ਟੁੱਟਿਆ ਵਾ ਹੋਵਾ, ਮੁੜ ਕੇ ਭੈਣ 'ਚੋਂ ਹਰੇਕ ਚੀਜ਼ ਮਨੂਸੀਅਤ ਹੀ ਝਲਕਦੀ ਰਹਾ, ਵੀ ਜੇ ਸਾਨੂੰ ਨਹੀਂ ਕਿਹਾ ਚਲੋ ਅੱਜ ਦਾਰੂ ਪੀਣ ਚਲਾਂਗੇ
ਬਸ ਯਾਰ ਹੁਣ ਤਾਂ ਉਹ ਪਿੱਛੇ ਬਸ ਸਿਰਫ ਬੈਕਗ੍ਰਾਉਂਡ 뮤직 ਦੀ ਕਮੀ ਹੈ ਪੈ ਵਾਲੇ ਵਈ ਗਾ ਅਸੀਂ ਹੋਸਟਲ 'ਚ ਰਹਿੰਦੇ ਹੁੰਦੇ ਸੀ ਉਹ ਮੁੰਡੇ ਦੀ ਪਤਾ ਨਹੀਂ ਵੀ ਪਹਿਲਾਂ ਟੁੱਟੀ ਹੋਈ ਸੀ ਜਾਂ ਕੀ ਸੀ ਮਤਲਬ ਜਦੋਂ ਬੀ ਏ ਫਸਟ ਈਅਰ 'ਚ ਆਇਆ ਸੀ ਉਹਨਾਂ ਬਈ ਤੜਕੇ ਭੈਣ ਚੋਂ ਰੋਣ ਵਾਲੇ ਗਾਣੇ ਲਾ ਲੈਣੇ ਸੈਡ ਸੌਂਗ ਉਹ ਦੂਏ ਜਿਹੜੇ ਹੋਰ ਹੀ ਦਵਿੰਦਰ ਕੋਹੀਨੂਰ ਨਾ ਹੀ ਆ ਵੀ ਮੈਂ ਤਾਂ ਮਰੂੰ ਉਹਨੇ ਪੂਰੇ 3 ਸਾਲ ਉਹੀ ਗਾਣੇ ਸੁਣੇ ਉਹਦੀ ਕਾਲਜ 'ਚ ਸਹੇਲੀ ਵੀ ਬਣੀ ਸਾਰਾ ਕੁਛ ਹੋਇਆ ਐਨ ਸਾਰਾ ਟੋਪ ਆਫ ਦੀ ਐਂਟਰੀ ਪਹੁੰਚਿਆ ਪਰ ਤੜਕੇ ਉਹਨੇ ਉਹ ਗਾਣੇ ਲਾਉਣੇ ਹੀ ਲਾਉਣੇ ਆ ਮੈਨੂੰ ਉਹਦਾ ਮੋਟਿਵ ਨਹੀਂ ਸਮਝਿਆ ਭੈਣ ਜਿਹੜਾ ਪਤਾ ਲੱਗੇ ਕਿਤੇ ਪਿੱਛੇ ਰੋਈ ਜਾਂਦਾ ਹੋਰ ਕੋਈ ਹੋਣੀ ਸੀ ਕਈ ਜਿਹੜੇ ਰਾਈਟਰ ਹੀ ਬਣ ਜਾਂਦੇ ਫਿਰ ਚੱਕੇ ਕਾਪੀ ਜਾ ਜਾਣਗੇ ਬਈ ਮੈਂ ਨਾ ਉਹਦੀ ਸਹੇਲੀ ਦੀ ਯਾਦ ਫੇਰ ਲਿਆ ਕੰਮ ਕਰ ਆਪਦਾ ਯਾਰ ਕਿਹੜੀ ਕੁੜੀ ਨੇ ਕਿੱਥੇ ਕਿਉਂ ਕਮੈਂਟ ਕਰਿਆ ਤੇਰੀ ਕਿਸੇ ਤੀਜੇ ਬੰਦੇ ਨੇ ਪੋਸਟ ਪਾਈ ਵੀ ਉਹਦੇ ਤੇ ਉਹ ਰਿਐਕਟ ਕਿਹੜਾ ਕਰਿਆ ਸਹੀ ਬਾਤ ਮੈਂ ਨਹੀਂ ਹਜੇ ਧਿਆਨ ਦਿੰਦੇ ਵੀ ਚਾਹੇ ਆਪਾਂ ਲੱਖ ਪਿਆਰ ਕਰਦੇ ਹੋਈਏ ਯਾਰ ਕੁੜੀ ਨੂੰ ਆਪਾਂ ਨੂੰ ਮਤਲਬ ਇੱਕ ਦੋ ਦਾ ਪਤਾ ਹੋਈ ਯਾਰ ਤੀਸਰੇ ਦਾ ਨਹੀਂ ਆਪਾਂ ਨੂੰ ਪਤਾ ਹੁੰਦਾ ਵੀ ਕਿਹਨੇ ਰਿਐਕਟ ਕਰਿਆ ਕਿੱਥੇ ਕਰਿਆ ਉਹ ਤਾਂ ਪਤਾ ਨਹੀਂ ਕਿੱਥੋਂ ਡਿਟੈਕਟਿਵਨੈਸ ਇੰਨੀ ਲੈ ਕੇ ਆਉਂਦੀ ਹੈ ਉਹਨਾਂ ਨੂੰ ਸਭ ਉਹਨਾਂ ਨੂੰ ਐਂ ਵੀ ਪਤਾ ਹੁੰਦਾ ਫੇਸਬੁੱਕ ਨੇ ਨਾਲੇ ਇਹੋ ਜਿਹਾ ਕੋਈ ਆਪਸ਼ਨ ਨਹੀਂ ਦਿੱਤਾ ਹੋਇਆ ਵੀ ਤੁਹਾਨੂੰ ਪਤਾ ਲੱਗ ਜਾਵੇ ਕਿਹਨੂੰ ਕਿਹਨੂੰ ਰਿਕੁਐਸਟ ਭੇਜੀ ਉਹਨਾਂ ਕੋਲ ਪੂਰੀ ਲਿਸਟ ਹੋਊਗੀ ਭੈਣਾ ਫਿਰ ਮੈਂ ਇੱਕ ਨੂੰ ਪਤੇ ਆ ਕੇ ਪੁੱਛਿਆ ਮਹਾਂ ਵੀ ਕਿਵੇਂ ਪਤਾ ਲੱਗਦਾ ਹੁੰਦਾ ਹੈ ਉਹ ਫੋਲੋਇੰਗ ਹੋ ਜਾਂਦਾ ਹੈ ਤੁਸੀਂ ਉਹ ਇੰਨੀ ਡੂੰਘਾਈ ਜਾ ਕੇ ਰਿਸਰਚ ਬਹੁਤ ਰਿਸਰਚ ਹੋ ਗਈ ਕਿ ਜਿਸ ਤਰ੍ਹਾਂ ਆਪਾਂ ਥੋੜ੍ਹੇ ਨੋਨ ਫੇਸ ਸੇ ਹੋਣ ਲੱਗੇ ਹਾਂ ਤਾਂ ਆਪਾਂ ਨੂੰ ਛੋਕਰੀਆਂ ਵਗੈਰਾ ਪਰਸਨਲ ਅਕਾਊਂਟ ਮੈਸੇਜ ਕਰਦੇ ਹਾਂ ਵੀ ਤੁਹਾਨੂੰ ਬਹੁਤ ਵਧੀਆ ਕੰਮ ਕਰਾਂ ਵੀ ਕੰਗ੍ਰੈਚੁਲੇਸ਼ਨ ਰੱਖੋ ਕੰਮ ਤਾਂ ਆਪਾਂ ਇਸ ਤਰ੍ਹਾਂ ਲਿਖਦੇ ਹਾਂ ਵੀ ਹਾਂ ਚਲੋ ਵਧੀਆ ਜੀ ਆਪਣੇ ਹੋਰ ਕੰਟੈਂਟ ਦੇਖਿਓ ਆਪਣਾ ਜੇ ਤੰਨੇ ਗਲਤੀ ਤੇ ਆਪਣੀ ਮਹਿਲਾ ਮਿੱਤਰ ਨੂੰ ਵਧਾ ਦੀ ਆਇਓ ਵੀ ਮੈਨੂੰ ਅੱਜ ਛੋਕਰੀ ਕਾ ਇਸ ਤਰ੍ਹਾਂ ਮੈਸੇਜ ਆਇਆ ਉਸਨੇ ਮੇਰੀ ਤਾਰੀਫ ਕਰੀ ਬੰਦ ਕਰ ਕਿਆ ਕਰਦੇ ਨੂੰ ਫਿਰ ਰਹਿਣ ਦੇ ਫਿਰ ਬੰਦ ਕਰਦੇ ਸੋ ਕਾਹਦੋਂ ਚਲਾਉਂਦੇ ਹੋ ਫਿਰ ਤੂੰ ਤਾਂ ਉਹਦੇ ਕੋਲ ਹੀ ਜਾ ਇਹ ਤਾਂ ਫਿਰ ਖਤਮ ਹੋ ਗਈ ਫਿਰ ਆਪਣਾ ਤਾਂ ਅੱਜ ਤੋਂ ਖਤਮ ਹੈ ਸਾਰਾ ਕਹਾਣੀ ਔਰ ਨੈਕਸਟ ਡੇ ਜਿੱਥੇ ਉਹ ਲੱਗੀ ਹੁੰਦੀ ਹੈ ਆਪਣਾ ਜਾਂ ਕਹੀਂ ਵੀ ਕੰਮ ਕਰ ਉਹ ਆਜ ਨਾ ਮੁਝੇ ਲੜਕੇ ਨੇ ਪ੍ਰਪੋਜ਼ ਕਰ ਦਿਆ ਥਾ ਉਹ ਜਸਟੀਫਾਈ ਹੈ ਯਾਰ ਤੂੰ ਵੀ ਤੂੰ ਨਾਰਮਲ ਬਿਹੇਵ ਕਰ ਉਹ ਚੀਜ਼ ਤੇ ਵੀ ਤਾਂ ਫਿਰ ਮੇਰੀ ਕੀ ਗਲਤੀ ਉਹਦੇ ਚ ਮੈਂ ਸੋਹਣੀ ਲੱਗ ਰਹੀ ਸੀ ਉਹਨੇ ਮੈਨੂੰ ਕਹਿਤਾ ਫਿਰ ਸੋਹਣੀ ਲੱਗ ਰਹੀ ਸੀ ਵੀ ਉਹਨੇ ਮੈਨੂੰ ਫਿਰ ਮੈਂ ਅੱਜ ਰੈੱਡ ਸੂਟ ਪਾ ਕੇ ਗਈ ਸੀ ਉਹਨੇ ਮੈਨੂੰ ਪ੍ਰਪੋਜ਼ ਕਰਤਾ ਫਿਰ ਉਸ 'ਚ ਮੈਂ ਕੀ ਕਰਾਂ ਤੇ ਇਹਨਾਂ ਦਾ ਮੇਲ ਫਰੈਂਡ ਵੀ ਜਸਟੀਫਾਈ ਹੋਊਗਾ ਤੁਹਾਡੀ ਫੀਮੇਲ ਫਰੈਂਡ ਨਹੀਂ ਜਸਟੀਫਾਈ ਬਿਲਕੁਲ ਨਹੀਂ ਬਿਲਕੁਲ ਇਹ ਉਹਦੇ ਨਾਲ ਬਾਹਰ ਆਊਟਿੰਗ ਤੇ ਜਾ ਕੇ ਕੁਝ ਖਾ ਵੀ ਸਕਦੀਆਂ ਨੇ ਬਿਲਕੁਲ ਤੂੰ ਆਪਦੀ ਫੀਮੇਲ ਫਰੈਂਡ ਨੂੰ ਫੋਨ ਵੀ ਨਹੀਂ ਕਰ ਸਕਦਾ ਫਿਰ ਤੈਨੂੰ ਪਤਾ ਕੀ ਪੁੱਛਣਗ੿ਆ ਤੁਮੇ ਤੈਨੂੰ ਫੀਮੇਲ ਫਰੈਂਡ ਕਿਉਂ ਚਾਹੀਦੀ ਹੈ ਮੈਂ ਇੱਕ ਤਾਂ ਹੈਗੀ ਆ ਮੇਰੇ ਨਾਲ ਗੱਲ ਨਹੀਂ ਕਰਨੀ ਤੇ ਇਹਨਾਂ ਦਾ ਮੇਲ ਫਰੈਂਡ ਲੈ ਫਿਰ ਕਿਆ ਮੇਰਾ ਫਰੈਂਡ ਹੈ ਉਹ ਹਾਂ ਤੂੰ ਕਿਤਨੇ ਕੀ ਇੱਕ ਵਰਡ ਹੁੰਦਾ ਕਿਤਨੀ ਕੰਜਸਟਿਡ ਥਿੰਕਿੰਗ ਕੰਜ਼ਰਵੇਟਿਵ ਕੰਜ਼ਰਵੇਟਿਵ ਥਿੰਕਿੰਗ ਕੰਜ਼ਰਵੇਟਿਵ ਥਿੰਕਿੰਗ ਕੰਜ਼ਰਵੇਟਿਵ ਥਿੰਕਿੰਗ ਹੈ ਤੁਹਾਡੀ ਤੋਂ ਅਰੇ ਤੁਮੇ ਮਤਲਬ ਮੇਰੇ ਪੇ ਯਕੀਨ ਰਹੀ ਨਹੀਂ ਤੁਝੇ ਭਰੋਸਾ ਹੀ ਨਹੀਂ ਮੇਰੇ ਪੇ ਐਸਾ ਕੰਮ ਕਰੀਏ ਮੇਰਾ ਪਾਸਵਰਡ ਲੈ ਲੈ ਲੌਗਇਨ ਲੈ ਲੈ ਸਭ ਕੁਝ ਲੈ ਲੈ ਤੂੰ ਖੁਸ਼ ਰਹਿ ਅਬ ਇੱਕ ਯਾਰ ਮੈਨੂੰ ਨਾ ਪਹਿਲਾਂ ਦਿੱਕਤ ਆਈ ਹੈ ਵੀ ਜਿਹੜੀਆਂ ਕੁੜੀਆਂ ਹਿੰਦੀ ਬੋਲਦੀਆਂ ਸੀ ਯਾਰ ਮੇਰੀ ਹਿੰਦੀ 'ਚ ਆਉਂਦਾ ਸੀ ਪੰਜਾਬੀ ਟੱਚ ਫਿਰ ਉਹ ਤਾਂ ਹੱਸੀ ਜਾਂਦੀ ਸੀ ਡੰਗਰਾਂ ਵਾਂਗ ਮੈਂ ਨਾ ਹੋਰ ਫਿਰ ਅਬ ਆਪਣੇ ਖਾਣਾ ਖਾ ਲਿਆ ਹੈ ਕੁੜੀਆਂ ਨਾਲ ਗੱਲਬਾਤ ਕਰਨ ਨੂੰ ਮਤਲਬ ਜੇ ਤੂੰ ਗੱਲਬਾਤ ਕਰ ਲੈਣਾ ਫਿਰ ਤਾਂ ਤੇਰੇ ਕੋਲ ਕਨਵਰਸੇਸ਼ਨ ਹੋਊਗੀ ਨਹੀਂ ਤਾਂ ਲੈ ਦੇ ਕੇ 3-4 ਕੁਐਸਚਨ ਹੀ ਹੁੰਦੇ ਨੇ ਪਹਿਲੀ ਵਾਰ ਕਿਵੇਂ ਹੋ ਫਿਰ ਆਉਂਦਾ ਵੀ ਕੀ ਖਾਧਾ ਹੈ ਠੀਕ ਹੈ ਫਿਰ ਵੀ ਕਰੰਟ ਰੋਟੀ ਖਾ ਲਈ ਕਿ ਨਾ ਮਤਲਬ ਇਹ ਕੁਐਸਚਨ ਪੁੱਛ ਕੇ ਜਦੋਂ ਹੋਰ ਸੁਣਾ ਤੇ ਆ ਗਿਆ ਜੇ ਤਾਂ ਉੱਥੇ ਤੇਰੇ ਕੋਲ ਕਨਵਰਸੇਸ਼ਨ ਡਾਈਵਰਟ ਕਰਨ ਦਾ ਆਪਸ਼ਨ ਹੈਗਾ ਤੇਰੇ ਕੋਲ ਸੈਂਸ ਆਫ ਹਿਊਮਰ ਹੈ ਜਾਂ ਤੂੰ ਕੁਛ ਇਹੋ ਜਿਹਾ ਕਰ ਸਕੇ ਵੀ ਜਿਹਨਾਂ ਉਹਦਾ ਧਿਆਨ ਹੋਰ ਪਾਸੇ ਲੱਗ ਜੇ ਫਿਰ ਤਾਂ ਤੂੰ ਕਾਮਯਾਬ ਆ ਉਹਦੇ 'ਚ ਨਹੀਂ ਤਾਂ ਖਤਮ ਹੀ ਆ ਨਹੀਂ ਤਾਂ 90% ਆਈ ਆ ਵੀ ਹੋਰ ਸੁਣਾ ਸੁਣਾ ਦੀ ਹਰੇਕ ਤੋਂ ਇਸ ਤਰ੍ਹਾਂ ਮਤਲਬ ਬਹੁਤ ਸਿੰਪਥੀ ਜ਼ਾਹਿਰ ਕਰਾਈ ਥਾਰੇ ਵਾਸਤਾ ਜਿਹਦਾ ਥਾਂ ਕਹਿੰਦੇ ਅੱਜ ਤਾਂ ਆਫਿਸ ਮਤਲਬ ਲੇਟ ਹੋ ਗਏ ਤੇ ਯਾਰ ਮਤਲਬ ਵੀ ਇਤਨਾ ਕੁਛ ਖਾਇਆ ਨਹੀਂ ਬਸ ਬਿਸਕੁਟ ਬੁਸਕੁਟ ਖਾ ਲਈਏ ਤੇ ਕੋਈ ਨਹੀਂ ਹਾਏ ਤੁਮਨੇ ਰੋਟੀ ਨਹੀਂ ਖਾਈ ਕਿਉਂ ਨਹੀਂ ਖਾਈ ਇਸ ਤਰ੍ਹਾਂ ਸਾਰੇ ਪੈਸੇ ਤੇਰੇ ਪਾ ਲੱਗ ਜਾ ਰੋਟੀ ਵਾਸਤੇ ਪੈਸੇ ਕਾ ਬੱਚੇ ਕਹਿਲੀ ਫਿਰ ਗੱਲ ਕਰੀ ਮੇਰੇ ਨਾਲ ਕਹੀਂ ਬਈ ਵੀ ਸਾਰੇ ਪੈਸੇ ਖਤਮ ਹੋ ਗਏ ਨਹੀਂ ਕਹੀਂ ਤੂੰ ਇਹ ਬਾਰਡਰ ਕਾਨ ਕਰਾ ਸਾਰੇ ਪੈਸੇ ਖਤਮ ਹੋ ਲਈਏ ਯਾਰ ਇਹ ਤਾਂ ਆਪਣੇ ਫਰੈਂਡ ਸਰਕਲ ਹੁੰਦੇ ਨੇ ਜਿਹੜੀ ਮਤਲਬ ਕੁੜੀਆਂ ਦੇ ਮੁੰਡੇ ਜਿਹੜੇ ਬਹੁਤ ਓਵਰ ਰੋਮਾਂਟਿਕ ਹੁੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਮੋਸਟ ਪ੍ਰੋਬਬਲੀ ਤੇਰਾ ਰਿਲੇਸ਼ਨਸ਼ਿਪ ਖਤਰੇ 'ਚ ਪੈ ਸਕਦਾ ਹੈਗਾ ਓਏ ਹਾਂ ਨਾ ਮਤਲਬ ਮੇਰੀ ਗਰਲਫ੍ਰੈਂਡ ਦਾ ਇੱਕ ਮਤਲਬ ਜਿੱਥੇ ਆਫਿਸ 'ਚ ਕੰਮ ਕਰਦੀ ਉੱਥੇ ਸੀਗਾ ਉਹ ਤੇ ਉਹਨਾਂ ਦੇ ਜਿਹੜੇ ਬੋਏਫ੍ਰੈਂਡ ਸੀ ਉਹ ਮੇਰੇ ਸਾਲੇ ਬਈ ਕਿਸੇ ਦਾ ਬਰਥਡੇ ਹੋਇਆ ਕਰੇ ਜਿਵੇਂ ਕਾਰ 'ਚ ਬੁਲਬਲੇ ਭਰ ਲਿਆ ਓ ਹਾਂ ਯਾਰ ਤੇ ਆਬਵੀਅਸਲੀ ਫਿਰ ਸਾਹਮਣੇ ਵਾਲੀ ਵੀ ਐਕਸਪੈਕਟੇਸ਼ਨ ਹੋ ਵੀ ਮੇਰੇ ਨਾਲ ਵੀ ਕਦੇ ਕਾਰ 'ਚ ਬੁਲਬਲਾ ਲੈ ਕੇ ਆਵੇ ਇਹ ਪਤਾ ਆਪਣੇ ਪਿੰਡੂਆਂ ਨੂੰ ਠੀਕ ਹੈ ਵੀ ਕਦੇ ਇਹਨੂੰ ਸੈੱਟ ਕਰੂੰਗਾ ਫਿਰ ਇਹਨੂੰ ਪੁੱਛੋ ਵੀ ਤੇਰਾ ਮੈਂ ਬਣਾਉਣਾ ਬੁਲਬੁਲਾ ਸਾਲਿਆ ਰਿਲੇਸ਼ਨਸ਼ਿਪ ਮਾਂ ਕਾ ਪਤਾ ਲੱਗਿਆ ਨੇ
क्योंकि दिमाग खराब हो जाता ना यार गल पता सी भी ओह भरे भरे बुलबुले जे भी ओथों मिलदे फलाना धमकाना अपने वास्ते तां भैन दो सनी ना दिया सारे दे फेफड़े गर्म हो गए मसों गड्डी भरी भैन बुलबुले ने एवे जदा रिलेशनशिप मा होवा कुड़ियां नु ना एक तो छोटी छोटी बात पर ऑफेंड होने की बहुत बड़ी आदत है यार बहुत उनकी आदत मतलब जे तने कुछ भी कह दे ना वो ऑफेंड ही हो जाएगी और जे जिस तरह तन्नू पूछ लिया भी जे तन्नू उन्ने कुछ कह दिया भी तो कुत्ता आ भी तो ये हुआ तन्नू काम करना नहीं आता फिर पूछा की गल मतलब तो ऑफेंड नहीं होता फिर अपन कहते ना मन तो फर्क नहीं पड़ता कोई फिर उन्हें फर्क पाना होता है हाँ भी फर्क ही नहीं पैना फिर तन्नू भी फर्क पैना चाहिए भी तो ऑफेंड हो फिर उन्होंने बेसिकली क्योंकि तेरा ਜਿਹੜਾ ਤੇਰਾ ਲੈਵਲ ਹੁੰਦਾ ਥੋੜਾ ਉੱਪਰ ਹੁੰਦਾ ਤੂੰ ਛੇਤੀ ਅਫੈਂਡ ਨਹੀਂ ਹੋ ਸਕਦਾ ਕਿਉਂਕਿ ਯਾਰਾਂ ਦੋਸਤਾਂ ਤੈਨੂੰ ਇੰਨਾ ਅਫੈਂਡ ਕਰ ਦਿੱਤਾ ਹੁੰਦਾ ਫਿਰ ਉਹ ਲੈਵਲ ਪਾਰ ਕਰਨ ਦੀ ਕੋਸ਼ਿਸ਼ ਕਰਦੀ ਹੁੰਦੀ ਨਾ ਉਹ ਵੀ ਤੈਨੂੰ ਇਹੋ ਜਿਹੀ ਚੁੱਪਵੀਂ ਗੱਲ ਕਹੀ ਜਾਵੇ ਜਿਹਦੇ ਨਾਲ ਤੂੰ ਆਪਾਂ ਲੂਜ਼ ਕਰ ਜਾਏ ਉਹਦਾ ਮਤਲਬ ਕਿ ਬੇਸਿਕਲੀ ਕੁੜੀਆਂ ਨਾਲ ਇਹ ਹੁੰਦਾ ਵੀ ਜਮਾਂ ਤੁਸੀਂ ਮਤਲਬ ਕੰਚ ਦੀ ਸੜਕ ਤੇ ਤੁਰ ਰਹੇ ਹੋ ਯਾਰ ਪੂਰਾ ਇਹ ਪਿਆਰ ਪਿਆਰ ਨਾਲ ਪੈਰ ਧਰਨਾ ਹਾਂ ਵੀ ਪਿਆਰ ਪਿਆਰ ਨਾਲ ਪੈਰ ਧਰਨਾ ਪੈਂਦਾ ਵੀ ਕੁਛ ਵੀ ਜੇ ਤੁਸੀਂ ਗਲਤ ਪੈਰ ਧਰਤਾ ਜੇ ਗਲਤ ਕੁਛ ਗੱਲ ਕਹਿਤੀ ਫਿਰ ਨਾਲ ਦੀ ਨਾ ਕੜ 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 ਫਿਰ ਲੈ ਹੁਣ ਤਾਂ ਗਿਆ ਕਾਂਚ ਕੀ ਦੀਵਾਰ ਟੁੱਟਣ ਲੱਗੀ ਹੈ ਮਤਲਬ ਕਿ ਮੇਰੇ ਵਾਸਤੇ ਤਾਂ ਮਿਸਟਰੀ ਹੋ ਹੈ ਕਿਉਂਕਿ ਇਹਨਾਂ ਕੋਲ ਹਰੇਕ ਜਵਾਬ ਦਾ ਮਤਲਬ ਹਰੇਕ ਸਵਾਲ ਦਾ ਜਵਾਬ ਹੋਊ ਕੁਛ ਨਹੀਂ ਮੈਂ ਨੀ ਜਾਣਾ ਬਾਹਰੇ ਖਾਣ ਤੇਰੇ ਨਾਲ ਠੀਕ ਹੈ ਮੈਂ ਸੱਚ ਹੀ ਮੰਨ ਲੈਂਦਾ ਸੀ ਮਤਲਬ ਠੀਕ ਹੈ ਤੇਰੀ ਮਰਜ਼ੀ ਮੈਂ 5 ਮਿੰਟ ਬਾਅਦ ਨੋਰਮਲ ਬਿਹੇਵ ਲੱਗ ਜਾਂਦਾ ਸੀ ਕਰਨ ਠੀਕ ਹੈ ਵੀ ਮਤਲਬ ਨੋਰਮਲ ਗੱਲ ਕਰ ਰਿਹਾ ਮੈਨੂੰ ਚਲ ਠੀਕ ਹੈ ਤੈਨੂੰ ਮੂਡ ਨਹੀਂ ਹੈਗਾ ਮੈਂ ਚਲ ਠੀਕ ਹੈ ਜਾਣਾ ਨਹੀਂ ਹੈਗਾ ਕਹਿੰਦੀ ਨਾ ਮੁਝੇ ਨਹੀਂ ਜਾਣਾ ਮੈਂ ਠੀਕ ਹੈ ਫਿਰ ਓਕੇ ਮੈਂ ਕੱਪੜੇ ਕੱਪੜੇ ਉਤਾਰ ਕੇ ਮੈਂ ਆਰਾਮ ਨਾਲ ਬਹਿ ਜਾਂਦਾ ਸੀ ਰਿਲੈਕਸ ਹੋ ਕੇ ਅਤੇ ਬਈ ਮਹਾਭਾਰਤ ਥਾਲੀ ਹੋਰ ਕਿਆ ਤੈਨੂੰ ਅਕਲ ਨਹੀਂ ਹੈ ਤੈਨੂੰ ਜਮੀ ਤੂੰ ਬੇਅਕਲ ਹੀ ਹੈ ਕਿ 2 ਵਾਰ ਕਹਿਣਾ ਪੈਂਦਾ 5 ਵਾਰ ਕਹਿਣਾ ਮੈਂ ਯਾਰ ਕਿੱਥੇ ਲਿਖਿਆ ਹੈ ਮੈਨੂੰ ਤੂੰ ਇੰਸਟਰਕਸ਼ਨ ਮੈਨੂੰ ਦਿਖਾ ਵੀ ਐਂ ਚੱਲਦੇ ਹੁੰਦੇ ਨੇ ਰਿਲੇਸ਼ਨਸ਼ਿਪ ਯਾਰ ਕਿੱਥੇ ਲਿਖਿਆ ਹੋਇਆ ਤੂੰ ਆਪਦੇ ਮੂੰਹ ਚੋਂ ਕਿਹਾ ਵੀ ਮੈਂ ਜਾਣਾ ਨਹੀਂ ਮੈਂ ਗੱਲ ਮੁੱਕ ਗਈ ਹੋਰ ਇਹ ਕਿੱਥੇ ਲਿਖਿਆ ਹੋਇਆ ਵੀ ਪੈਂਦਾ ਯਾਰ 4 ਵਾਰ ਪੁੱਛਣਾ ਯਾਰ ਹੋਰ ਇੱਕ ਹਰੇਕ ਬਾਤ ਦਾ ਜਵਾਬ ਵੀ ਕੀ ਗੱਲ ਹੈ ਕੀ ਚੱਕਰ ਹੈ ਕੁਛ ਨਹੀਂ ਫਿਰ ਜੇ ਥਾਨੇ ਪਤਾ ਨਹੀਂ ਬਤਾ ਦੋ ਦੇ ਕੀ ਚੱਕਰ ਆ ਤੁਝੇ ਪਤਾ ਹੋਣੀ ਚਾਹੀਏ ਕਿਆ ਬਾਤ ਥੀ ਹਾਂ ਵੀ ਪੈਣ ਮੇਰੇ ਤਾਂ ਸ਼ੁਰੂ ਤੋਂ ਆਹ ਚੀਜ਼ ਦਾ ਬੜਾ ਬਲੇਮ ਲੱਗਦਾ ਰਿਹਾ ਵੀ ਤੂੰ ਵੀ ਤੈਨੂੰ ਜਮੀ ਇਮੋਸ਼ਨਲ ਵੀ ਤੈਨੂੰ ਫੀਲਿੰਗ ਨਹੀਂ ਆਉਂਦੀ ਹੈਗੀ ਠੀਕ ਹੈ ਹੁਣ ਪਹਿਲੇ ਚ ਤਾਂ ਬੇਸਿਕਲੀ ਜਿਹੜਾ ਪਪੀ ਲਵ ਹੁੰਦਾ ਤੁਸੀਂ ਬਹੁਤ ਕੁਛ ਪ੍ਰੂਵ ਕਰਨਾ ਹੁੰਦਾ ਫਿਰ ਤੂੰ ਫੀਲਿੰਗ ਲੈਣੀ ਹੁੰਦੀ ਹੈ ਨਵੀਂ ਸਹੇਲੀ ਬਣੀ ਹੁੰਦੀ ਹੈ ਤੇ ਮੈਂ ਨਾ ਕੀ ਕਰਦਾ ਸੀ ਨਾ ਵੀ ਜਦੋਂ ਮੈਨੂੰ ਕਹਿੰਦੀ ਸੀ ਵੀ ਤੂੰ ਇਮੋਸ਼ਨਲ ਨਹੀਂ ਹੈਗਾ ਮੈਂ ਕਈ ਵਾਰੀ ਉਈ ਰੈਂਡਮ ਜੀ ਗੱਲ ਤੇ ਨਾ ਮੈਂ ਫੋਨ ਤੇ ਕਿਉਂਕਿ ਆਪਾਂ ਫੋਨ ਤੇ ਗੱਲ ਕਰਨੀ ਸੀ ਮੈਂ ਫੋਨ ਤੇ ਹੀ ਲੱਗ ਜਾਂਦੀ ਕਰ ਤੇ ਉਹਨੂੰ ਸਾਡੀ ਕਿਤੇ ਰੋ ਰਿਹਾ ਮੈਂ ਠੀਕ ਹੈ ਮੈਂ ਰੋਂਦਾ ਪਤਾ ਕਿਵੇਂ ਸੀ ਐਂ ਮਤਲਬ ਪਹਿਲਾਂ ਤੁਸੀਂ ਚੁੱਪ ਕਰ ਜਾਓ ਫਰੈਂਡ ਚ जल्दी रोना आता हूं नहीं है तो एक्टिंग ही करनी पड़ा भी वो भी सोचा भी चल यार रोई रहा एक एक्चुअली क्या जे उनका कुछ जे कुत्ते की भैन जो पैरालाइज हो गया कुत्ता या लत्त टूट गई साले ने ऊपर से छाल मार दी मैं छोकरी तो रोन लग जा तेरे मेरे बारे में साले ने मार दी छाल क्या करो इस ऑब्वियसली यार भाई अगले की गलती है ਮੇਰੀ ਗਰਲਫ੍ਰੈਂਡ ਦੀ ਭੂਆ ਦੀ ਸੱਸ ਮਰ ਗਈ ਹੁਣ ਯਾਰ ਮੈਨੂੰ ਤਾਂ ਐਵੇਂ ਨਹੀਂ ਪਤਾ ਵੀ ਰਿਸ਼ਤੇਦਾਰੀ ਕਾਹਦੀ ਹੋਈ ਹੋਵੇ ਭੂਆ ਦੀ ਸੱਸ ਯਾਰ ਠੀਕ ਹੈ ਇਹ ਮੈਨੂੰ ਕਹਿੰਦੀ ਮੇਰੀ ਭੂਆ ਦੀ ਸੱਸ ਮਰ ਗਈ ਤੇ ਮੈਂ ਕਿਹਾ ਆਲ ਰਾਈਟ ਮਹਾਂ ਹੋਰ ਫਿਰ ਭਗਵਾਨ ਉਨਕੀ ਆਤਮਾ ਕੋ ਸ਼ਾਂਤੀ ਦੇ ਤੈਨੂੰ ਕਿਵੇਂ ਚੱਲਦਾ ਤਾਂ ਪਿਆ ਤੂੰ ਹੋਰ ਹੀ ਗੱਲਾਂ 'ਚ ਪਿਆ ਹਾਂ ਇੱਧਰ ਵੀ ਸਾਡੇ ਰਿਸ਼ਤੇਦਾਰੀ 'ਚ ਡੈਥ ਹੋ ਗਈ ਮੈਂ ਫਿਰ ਤੇਰੀ ਰਿਸ਼ਤੇਦਾਰੀ ਤਾਂ ਨਹੀਂ ਹੋਈ ਮੈਂ ਅੱਗੇ ਦੀ ਅੱਗੇ ਹੋਈ ਯਾਰ ਤਾਂ ਕੀ ਲੈਣਾ ਤੇ ਪੜਕ ਨੇ ਫੋਨ ਕੱਟਣਾ ਹਫ਼ਤਾ ਨਹੀਂ ਗੱਲ ਕਰੀ ਮੇਰੇ ਨਾਲ ਜੇ ਇਸ ਤਰ੍ਹਾਂ ਇਨਕੀ ਰਿਸ਼ਤੇਦਾਰੀ ਮਾਂ ਡੈਥ ਹੋ ਜਾ ਨਾ ਤਾਂ ਉਹਨੇ ਆਪ ਤੋਂ ਪੂਰਾ ਰੋ ਰਹੇ ਹੋਵਾਂ ਇਮੋਸ਼ਨਲ ਹੋਵਾਂ ਇਹ ਆਪਾਂ ਜਿਹੜੇ ਹੋਵਾਂ ਯਾਰ ਆਪਾਂ ਤੋਂ ਭੈਣ ਚੋ ਆਪਣੇ ਵਾਂਗ ਕਹਾਂ ਇਹ ਤਾਂ ਇਮੋਸ਼ਨਸ ਹੋਵਾਂ ਆਪਾਂ ਤੁਸੀਂ ਤਾਂ ਕਹਿੰਦੇ ਵੀ ਚੱਲ ਠੀਕ ਆ ਕੋਈ ਨਹੀਂ ਵੀ ਰੈਸਟ ਇਨ ਪੀਸ ਜਾਂ ਫਿਰ ਆਪਣੇ ਹੋਵਾਂ ਆਰ ਆਈ ਪੀ ਲਿਖਦੇ ਆ ਜਾਂ ਕੁਛ ਲਿਖਦੇ ਆ ਵੀ ਹਾਂ ਵਧੀਆ ਫਿਰ ਜਿਸ ਤਰ੍ਹਾਂ ਜੇ ਰੋ ਰਹੀ ਆ ਤਾਂ ਇਸ ਤਰ੍ਹਾਂ ਜੇ ਕਹਿ ਦਈਏ ਵੀ ਚੱਲ ਖਾਣਾ ਖਾ ਲਏ ਕੋਈ ਚੱਕਰ ਨਹੀਂ ਲੈ ਤੈਨੂੰ ਖਾਣ ਦੀ ਸੁੱਜ ਰਹੀ ਹੈ ਇੱਥੇ ਬੰਦਾ ਮਰ ਗਿਆ ਵੀ ਮੈਂ ਕੀ ਖਾਵਾਂ ਮੇਰੇ ਤਾਂ ਅੰਦਰ ਲੱਗ ਹੀ ਨਹੀਂ ਰਿਹਾ ਨਾਲੇ ਐਕਚੁਅਲ 'ਚ ਪਤਾ ਨਹੀਂ ਇਹ ਸਾਰੀ ਜ਼ਿੰਦਗੀ 'ਚ ਉਹਨੂੰ ਮਿਲੇ ਹੁੰਦੇ ਨੇ ਪਤਾ ਨਹੀਂ ਦੁੱਖ ਤਾਂ ਵੀ ਮੈਨੂੰ ਨਹੀਂ ਪਤਾ ਵੀ ਮੈਂ ਬਹੁਤ
ਫਿਰ ਘੱਟੋ ਘੱਟ ਦੋ ਹਫ਼ਤੇ ਤੈਨੂੰ ਇਮੋਸ਼ਨਲ ਸਪੋਰਟ ਦੇਣਾ ਪਊ, ਕੁਛ ਨਹੀਂ ਹੋਇਆ ਔਰ ਫਿਰ ਕੁਛ ਨਹੀਂ ਹੋਇਆ ਤੋਂ ਵੱਧ ਤੂੰ ਕੁਛ ਕਹਿ ਵੀ ਨਹੀਂ ਸਕਦਾ, ਤੇਰੇ ਕੋਲ ਤਾਂ ਆਹੀ ਲੈਣਾ ਸਾਰੇ। ਤੈਨੂੰ ਐਵੇਂ ਨਹੀਂ ਪਤਾ ਵੀ ਉਹ ਬੰਦੇ ਦਾ ਕੰਮ ਕੀ ਸੀ ਵੀ ਤੂੰ ਕਹਿ ਦੇਗਾ ਵੀ ਹਾਂ ਇਹ ਮੈਂ ਕਰਦਿਆ ਕਰੂੰ ਵੀ ਤੈਨੂੰ ਉਹਦੀ ਯਾਦਗਾਰ ਟੈਗਰ ਹੀ ਆਏ, ਕਿਉਂਕਿ ਆਪਾਂ ਨੂੰ ਪਤਾ ਹੀ ਕੌਣ ਸੀ ਉਹ। ਇਮੋਸ਼ਨਲ ਵਾਲੀ ਚੀਜ਼ ਹੋਰ ਦੱਸਦਾ, ਇੱਕ ਵਾਰੀ ਨਾ ਜਿਹੜੀ ਮੇਰੀ ਪਹਿਲੀ ਗਰਲਫ੍ਰੈਂਡ ਸੀਗੀ ਉਹ ਮੈਨੂੰ ਕਹਿੰਦੀ ਵੀ ਸੰਗਰੂਰ ਆਪਾਂ ਨਾ ਵੀ ਉਹ ਦੁਕਾਨ 'ਤੇ ਮਿਲਾਂਗੇ ਉੱਥੇ ਪੈਟੀਆਂ ਵਧੀਆ ਮਿਲਦੀਆਂ ਨੇ, ਅਤੇ ਮੈਂ ਹਾਂ ਕੋਈ ਚੱਕਰ ਨਹੀਂ ਮੈਂ ਮੋਟਰਸਾਈਕਲ ਲੈ ਕੇ ਮੈਂ ਪਹਿਲਾਂ ਪਹੁੰਚ ਗਿਆ ਪੈਟੀ ਵਾਲੀ ਦੁਕਾਨ 'ਤੇ, ਮੈਨੂੰ ਪਹੁੰਚਣ ਸਾਰੇ ਉਹਦਾ ਫੋਨ ਆ ਗਿਆ ਵੀ ਮੇਰੀ ਸਕੂਟਰੀ ਲੱਗ ਗਈ ਕਿਤੇ ਵੀ ਤੂੰ ਉਰੇ ਆ ਜਾ, ਠੀਕ ਹੈ। ਅਤੇ ਮੈਂ ਹਾਂ ਯਾਰ ਭੈਣ ਤੋਂ ਇੰਨੀ ਦੂਰ ਆਇਆ ਵੀ ਹਾਂ ਵੀ ਮੈਂ ਕੁਛ ਨਹੀਂ ਦੋ ਤਿੰਨ ਪੈਟੀਆਂ ਪੈਕ ਕਰਾ ਲੈਂਦਾ ਮੈਂ ਘਰ ਜਾ ਕੇ ਖਾਊਂਗਾ ਮੈਂ, ਅਤੇ ਓਬਵੀਅਸਲੀ ਮੈਂ ਦਿਮਾਗ 'ਚ ਮੇਰੇ ਤਾਂ ਦਿਮਾਗ 'ਚ ਇਹ ਰਹੀ ਨਹੀਂ ਗੱਲ ਵੀ ਭੈਣ 'ਚ ਮੋਟਰਸਾਈਕਲ ਦੀ ਕਿਹੜਾ ਡਿੱਕੀ ਹੁੰਦੀ ਆ ਕਿਤੇ, ਓਬਵੀਅਸਲੀ ਪੈਟੀਆਂ ਵਾਲਾ ਲਫਾਫਾ ਮੇਰੇ ਹੱਥ 'ਚ, ਅਤੇ ਮੈਂ ਉਹਦੇ ਕੋਲ ਪਹੁੰਚਿਆ ਅਤੇ ਮੈਨੂੰ ਕਹਿੰਦੀ ਵੀ ਮੇਰੀ ਸਕੂਟਰੀ ਲੱਗ ਗਈ ਵੀ ਐਵੇਂ ਵੀ ਉਹ ਟੁੱਟ ਗਿਆ ਫੈਂਡਰ ਜਿਹਾ ਟੁੱਟ ਗਿਆ, ਅਤੇ ਮੇਰੇ ਹੱਥ 'ਚ ਉਹਨੇ ਪੈਟੀਆਂ ਦੇਖ ਲਈਆਂ। ਮੈਨੂੰ ਕਹਿੰਦੀ ਇਹ ਤੂੰ ਕਿੱਧਰੋਂ ਲੈ ਕੇ ਆਇਆ ਪੈਟੀਆਂ? ਮਹਾਂ ਮੈਂ ਦੁਕਾਨ 'ਤੇ ਪਹੁੰਚ ਗਿਆ ਸੀਗਾ, ਮੈਂ ਤੈਨੂੰ ਤੂੰ ਕਿਹਾ ਸੀ ਕਿ ਮੈਂ ਤਾਂ ਦੁਕਾਨ 'ਤੇ ਖੜੇ ਹੀ ਹਾਂ ਹਜੇ ਵੀ, ਮੈਂ ਤੈਨੂੰ ਪਹਿਲੀ ਫੋਨ ਕਰਤਾ ਸੀਗਾ। ਕਹਿੰਦੀ ਅੱਛਾ ਵੀ ਮੈਂ ਤੇਰੇ ਮੈਂ ਤੈਨੂੰ ਫੋਨ ਕਰਿਆ ਅਤੇ ਤੈਨੂੰ ਦੱਸਤਾ ਮੇਰੀ ਸਕੂਟੀ ਦਾ ਐਕਸੀਡੈਂਟ ਹੋ ਗਿਆ, ਤਾਂ ਮੇਰਾ ਹਾਲ ਚਾਲ ਪੁੱਛੇ, ਇਹ ਵੀ ਨਹੀਂ ਪੁੱਛਿਆ ਵੀ ਤੇਰਾ ਕੀ ਹਾਲ ਚਾਲ ਹੈ, ਔਰ ਤੂੰ ਪੈਟੀਆਂ ਲੈਣ ਵੜ ਗਿਆ ਦੁਕਾਨ 'ਚ। ਮੈਂ ਇੰਨੀ ਦੂਰ ਐਂ ਘੱਟੋ ਘੱਟ ਪੈਟੀਆਂ, ਮੈਂ 5 ਮਿੰਟ ਲੱਗੇ ਮੈਨੂੰ ਤਾਂ। ਕਹਿੰਦੀ ਨਾ 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 ਇਹ ਤਾਂ ਤੈਨੂੰ ਤਾਂ ਪੈਟੀਆਂ ਖਾਣ ਪੀਣ ਵਾਲਾ ਜ਼ਰੂਰੀ ਹੋ ਗਿਆ ਕੰਮ, ਹਾਂ ਵੀ ਬਈ ਦੋ ਹਫ਼ਤੇ ਤਿੰਨ ਹਫ਼ਤੇ ਜੇ ਮੈਂ ਕਹਾਂ ਵੀ ਮੇਰੇ ਨਾਲ ਗੱਲ ਕਰ ਲੈ, ਮੈਨੂੰ ਕਹਿੰਦੇ ਤੂੰ ਪੈਟੀਆਂ ਨਾਲ ਗੱਲ ਕਰ। ਮੈਨੂੰ ਕਰਿਆ ਵੀ ਕੁੜੀਆਂ ਗੇਲ ਕਨਵਰਸੇਸ਼ਨ ਵਾਲਾ ਤੁਹਾਨੂੰ ਜਿੱਤ ਹੀ ਨਹੀਂ ਸਕਦੇ, ਕਿਉਂਕਿ ਜੇ ਉਹ ਕੋਈ ਨਾਰਾਜ਼ ਆ ਵੀ ਤੁਹਾਨੂੰ ਕਹਾਂਗੇ ਕਿਆ ਬਾਤ ਆ, ਉਹ ਕਹਾਂਗੇ ਕੁਛ ਨਹੀਂ, ਫਿਰ ਤੁਹਾਨੂੰ ਕਹਾਂਗੇ ਨਹੀਂ ਯਾਰ ਬਤਾਓ ਦੇ ਕਿਆ ਚੱਕਰ ਆ, ਫਿਰ ਉਹ ਕਹਾਂਗੇ ਤੁਹਾਨੂੰ ਪਤਾ ਹੋਣਾ ਚਾਹੀਦਾ, ਫਿਰ ਜੇ ਤੁਹਾਨੂੰ ਕਹਾਂਗੇ ਵੀ ਚੱਲ ਯਾਰ ਮੈਨੂੰ ਪਤਾ ਨਹੀਂ ਤਾਂ, ਫਿਰ ਉਹ ਕਹਾਂਗੇ ਲੈ ਤਦੋਂ ਬਦਲ ਗਿਆ, ਤਦੋਂ ਚੇਂਜ ਹੋ ਗਿਆ, ਤਦੋਂ ਸਾਰੀ ਪਹਿਲਾਂ ਤੈਨੂੰ ਸਭ ਪਤਾ ਹੁੰਦਾ ਸੀ, ਮਤਲਬ ਵੀ ਫੋਰ ਐਗਜ਼ਾਮਪਲ ਗੋਲ ਗੱਪੇ ਹੀ ਨੇ, ਠੀਕ ਹੈ, ਮਤਲਬ ਤੇਰੇ ਲਈ ਗਰਲਫ੍ਰੈਂਡ ਸੂਜੀ ਵਾਲੇ ਖਾਂਦੀ ਆ ਤੂੰ ਆਟੇ ਵਾਲੇ ਖਾਂਦਾ ਗਾ, ਜੇ ਗਲਤੀ ਨਾਲ ਉਹਦੇ ਕੋਲ ਆਟੇ ਵਾਲਾ ਪਹੁੰਚ ਗਿਆ ਬਸ ਵੀ ਤੈਨੂੰ ਤਾਂ ਮੇਰੇ ਬਾਰੇ ਕੁਛ ਪਤਾ ਹੀ ਨਹੀਂ, ਤੂੰ ਤਾਂ ਹਰਟ ਮੈਂ ਹੁਣ ਤਾਂ ਮੈਂ ਹਰਟ ਹੋ ਗਿਆ, ਹਾਂ ਵੀ ਮੈਂ ਹਰਟ ਹੋ ਗਈ ਰਿਲੇਸ਼ਨਸ਼ਿਪ ਹੈ ਗੋਲਗੱਪੇ ਵਾਲੇ ਪਾਣੀ ਦਾ ਨਹੀਂ ਪੰਡਤ ਨੇ ਕਹਿਤਾ ਉਹਨੂੰ ਵੀ ਉਹ ਕਹਿੰਦੀ ਉਹਨੇ ਪੰਡਤ ਨੂੰ ਫੋਨ ਕਰਿਆ ਵੀ ਮੈਂ ਵੀ ਆਹ ਮੁੰਡੇ ਨਾਲ ਲਵ ਮੈਰਿਜ ਕਰਾਉਣੀ ਸਮਾਨ ਸਮੂਨ ਜਿਹਾ ਭੇਜਤਾ ਘਰਦਿਆਂ ਨੂੰ ਕੁੰਡਲੀ ਲਿਖਾਉਣ ਤੋਂ ਪਹਿਲਾਂ, ਤੇ ਵੀ ਪੰਡਤ ਭੈਣ ਦਾ ਯਾਰ ਕਹਿੰਦਾ ਵੀ ਇਹ ਤਾਂ ਇਹਦੇ ਨਾਲ ਨਹੀਂ ਤੇਰੀ ਚੱਲ ਸਕਦੀ ਹੈਗੀ, ਵੀ ਇਹ ਤਾਂ ਤੂੰ ਕੋਈ ਹੋਰ ਮੁੰਡਾ ਦੇਖ, ਵੀ ਇਹ ਤਾਂ ਤੁਹਾਡੀ ਲੜਾਈ ਹੋ ਰਿਹਾ ਕਰੂਗੀ, ਠੀਕ ਹੈ ਬਈ ਓਬਵੀਅਸਲੀ ਪੋਡਕਾਸਟ ਦੇਖਣ ਤੋਂ ਬਾਅਦ ਹੋਊਗੀ ਵੀ ਨਾਲ। ਹਾਂ ਤੇ ਮੈਨੂੰ ਫੋਨ ਆਇਆ ਕਹਿੰਦੀ ਵੀ ਆ ਪੰਡਤ ਦੀ ਰਿਕਾਰਡਿੰਗ ਸੁਣ, ਉਹ ਭੈਣ ਦਾ ਯਾਰ ਰਿਕਾਰਡਿੰਗ 'ਚ ਕਹੀ ਵੀ ਤੇਰੀ ਤਾਂ ਲੜਾਈ ਹੋ ਇਹਦੇ ਨਾਲ, ਵੀ ਤੂੰ ਇਹਦੇ ਨਾਲ ਵਿਆਹ ਨਾ ਕਰੀ, ਤੇਰੀ ਜ਼ਿੰਦਗੀ ਖਰਾਬ ਹੋ ਜਾਏ, ਤੇ ਮੇਰੀ ਭੈਣ 'ਚੋਂ ਫੋਨ 'ਤੇ ਆ ਗਈ ਹਾਸੀ ਸੁਣ ਕੇ, ਮੈਂ ਭੈਣ ਦਾ ਭੌਂਕੀ ਜਾਂਦਾ ਵੀ ਕਹਿੰਦੀ ਮੁੰਜੇ ਹਾਂ ਵੀ ਮੇਰਾ ਤਾਂ ਉਰੇ ਹਾਂ ਮੈਂ ਤਾਂ ਚੱਕਰ ਆਈ ਜਾਂਦੇ ਨੇ ਸੁਣ ਕੇ, ਤੈਨੂੰ ਹਾਸੀ ਆ ਰਹੀ ਹੈਗੀ ਵੀ ਮਤਲਬ ਤੈਨੂੰ ਰਿਸ਼ਤੇ ਰਿਲੇਸ਼ਨਸ਼ਿਪ ਦੀ ਪਰਵਾਹ ਨਹੀਂ ਹੈ ਕੋਈ, ਠੀਕ ਹੈ ਮੈਂ ਕਹਾਂ ਕੁਛ ਨਹੀਂ ਹੋਇਆ ਯਾਰ ਵੀ ਐਡੀ ਗੱਲ ਹੈ, ਕਹਿੰਦੀ ਹੁਣ ਐਂ ਲਾ ਲਿਆ ਵੀ ਰੀਜ਼ਨ ਹੈਗਾ ਲੜਨ ਦਾ ਪੰਡਤ ਹੈ, ਠੀਕ ਹੈ ਅਤੇ ਪੂਰੀ ਲੜਾਈ ਹੋ ਰਹੀ ਹੈ ਘਰੇ ਵੀ ਇਹ ਤੈਨੂੰ ਜਮੀ ਅਕਲ ਨਹੀਂ ਇਹ ਵੀ ਤੈਨੂੰ ਕਿਤੇ ਸੀਰੀਅਸ ਲੈਣੀ ਚਾਹੀਦੀ ਹੈ ਪੰਡਤ ਦੀ ਕਹੀ ਗੱਲ, ਅਤੇ ਕਹਿੰਦੀ ਉਹ ਤਾਂ ਪੰਡਤ ਨੇ ਤਾਂ ਕਹੀ ਸੀ ਲੜਾਈ ਪੰਡਤ ਕਰਕੇ ਤਾਂ ਲੜਾਈ ਹੋ ਰਹੀ ਹੈ, ਪੰਡਤ ਨੇ ਆਪ ਹੀ ਕਿਹਾ ਸੀ ਲੈ ਕਿਉਂ ਉਹਨੇ ਤਾਂ ਕਿਹਾ ਸੀ ਤੁਸੀਂ ਤਾਂ ਲੜਨ ਨਹੀਂ ਆ ਵੀ ਅਸੀਂ ਸਾਡੇ ਪਿੰਡ ਜਿਵੇਂ ਤੁਸੀਂ ਪੰਡਤ ਦੀ ਗੱਲ ਕਰਦੇ ਹੋ ਹਾਥੀ ਵਾਲੇ ਬਾਬਾ ਹੀ ਨਹੀਂ ਆਉਂਦੇ ਹੁੰਦੇ ਵੀ ਹਾਥੀ ਲੈ ਕੇ ਫਿਰਦੇ ਹੁੰਦੇ ਨੇ ਉਹ, ਚੱਲ ਉਹਨੇ ਭਾਈ ਕੁੰਡਾ ਖੜੋ ਕੇ ਕਹਿਦਾ ਕਹਿੰਦਾ ਵੀ ਮਾਤਾ ਵੀ ਰੋਟੀ ਖਾਣੀ ਹੈ, ਚੱਲ ਬਿਠਾ ਲਿਆ ਉੱਥੇ ਮੰਮੀ ਨੇ ਰੋਟੀ ਰੋਟੀ ਪਾ ਕੇ ਦੇਤੀ, ਚੱਲ ਰੋਟੀ ਰੋਟੀ ਖਾ ਕੇ ਮੈਂ ਸੀ ਕੋਠੇ 'ਤੇ ਮਹਾਂ ਚੱਲ ਕੋਈ ਨਹੀਂ ਵੀ ਬਾਬਾ ਐਂ ਰੋਟੀ ਖਾਂਦਾ ਉਹਦੇ 'ਚ ਬਈ ਰੋਟੀ ਰੋਟੀ ਖਾ ਕੇ ਫਿਰ ਇਹਨੇ ਆਪਦਾ ਦਾਓ ਵੀ ਲਾਉਣਾ ਹੁੰਦਾ, ਕਹਿੰਦਾ ਵੀ ਮਾਤਾ ਤੇਰੇ ਮੁੰਡੇ ਨੂੰ ਤਾਂ ਕਿਸੇ ਕੁੜੀ ਨੇ ਕੁਛ ਕਰਾਇਆ, ਮੈਂ ਉੱਪਰ ਐਂ ਨਾ ਜਿਹੜਾ ਕੋਠੇ ਦੇ ਕੰਧੀ ਨਹੀਂ ਥੋੜ੍ਹਾ ਜਿਹਾ ਹੁੰਦਾ ਹੁੰਦਾ, ਮੈਂ ਬੈਠਾ ਸੀ ਥੱਲੇ ਉਹਨੂੰ ਦੇਖਿਆ ਨਹੀਂ, ਮੈਂ ਜਦੋਂ ਉਹਨੇ ਐਂ ਕਿਹਾ ਮੰਮੀ ਤਾਂ ਮੁੰਡਿਆ ਹੀ ਵੀ ਕੀ ਵੀ ਤਾਂ ਤੈਨੂੰ ਹੁਣ ਪਾ ਕਰਾਉਣਾ ਪਊ ਤਾਂ ਬਾਹਲਾ ਤਕੜਾ ਕਰਦਾ ਮੁੰਡੇ, ਹਾਂ ਕਰਾ ਪਾ ਉਹ ਤੂੰ ਉੜ ਗਿਆ ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਵੇ ਇੱਕ ਕਈ ਰਿਲੇਸ਼ਨਸ਼ਿਪਾਂ ਐਸੇ ਛੋਕਰੇ ਹੋਵਾਂ ਵੀ ਜਿਹੜੇ ਆਪਣੇ ਉਸਮਾਂ ਜਿਹੜੇ ਫਰੈਂਡ ਸਰਕਲ ਹੋਵਾਂ ਉਸਮਾਂ ਵਧਾ ਕੇ ਰੱਖਾ ਲਿਓ ਵੀ ਆਪਾਂ ਤਾਂ ਬਾਈ ਲਵ ਮੈਰਿਜ ਕਰਾਵਾਂਗੇ, ਆਪਾਂ ਤਾਂ ਡਰਦੇ ਨਹੀਂ ਘਰਦਿਆਂ ਤੋਂ, ਫਿਰ ਆਪਾਂ 6 ਮਹੀਨੇ ਬਾਅਦ ਫੋਨ ਕਰਾ ਵੀ ਹਾਂ ਬਾਈ ਕਿਆ ਹਾਲ ਆ ਹੋਰ ਕਿਆ ਕਰ ਰਿਹਾ ਕਿਆ ਬਣ ਰਿਹਾ ਅੱਜ ਕੱਲ੍ਹ, ਬਸ ਕੁਛ ਨਹੀਂ ਬਾਈ ਘਰ ਕੇ ਰਿਸ਼ਤਾ ਕਰ ਦਿਆ ਥੋੜ੍ਹੇ ਦਿਨ ਆਪਾਂ ਵਿਆਹ ਕੇ ਦੇ ਰਿਹਾ। ਮੇਰਾ ਇੱਕ ਦੋਸਤ ਹਿਮਾਚਲ ਦਾ ਸੀ ਉਹ ਜਿਹੜਾ ਤੁਹਾਨੂੰ ਕਹਿੰਦੇ ਹੱਕ ਪਾਉਂਦਾ ਹੈਗਾ, ਉਹਦਾ 11 ਸਾਲ ਦਾ ਰਿਲੇਸ਼ਨਸ਼ਿਪ ਸੀ ਉਹ ਕੁੜੀ ਨਾਲ, ਠੀਕ ਹੈ, ਉਹ ਬੰਦੇ ਨੇ ਕੁੜੀ ਦੇ ਡੈਡੀ ਦਾ PGI 'ਚ ਪੂਰਾ ਖਿਆਲ ਰੱਖਿਆ ਅਤੇ ਕੁੜੀ ਦਾ ਡੈਡੀ ਜਾਂਦੇ ਜਾਂਦੇ ਮੰਨ ਵੀ ਗਿਆ, ਅੱਛਾ, ਪਰ ਗੱਲ ਇਹ ਹੋ ਗਈ ਵੀ ਕੁੜੀ ਦਾ ਡੈਡੀ ਇਕੱਲੇ ਹੀ ਮੰਨ ਗਿਆ ਤੂੰ ਮਰ ਗਿਆ ਵਿਚਾਰਾ, ਉਹ ਉਹਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਵੀ ਮੈਨੂੰ ਤੂੰ ਐਕਸੈਪਟੇਬਲ ਜਵਾਈ ਲੱਗਦਾ, ਉਹਨੇ ਜਦ ਬੰਦੇ ਨੇ 2 ਸਾਲ ਮਿਹਨਤ ਕਰੀ PGI 'ਚ ਉੱਥੇ OPD 'ਚ ਵਿਚਾਰਾ ਧੱਕੇ ਖਾਂਦਾ ਰਿਪੋਰਟਾਂ ਕਰਵਾਉਂਦਾ ਐਕਸਰੇਆਂ ਕਰਵਾਉਂਦਾ ਅਤੇ ਉਹ ਕਿਸੇ ਨੂੰ ਬਿਨਾਂ ਦੱਸੀ ਮਰ ਗਿਆ ਉਹਨੂੰ ਕਹਿ ਕੇ
ਉਸਦਾ ਮਿਹਨਤ ਤੇ ਜਮੀ ਖਤਮ ਹੋ ਗਿਆ ਕੰਮ ਤੇ ਚੰਗਾ ਭੈਣ ਚੋ ਰਿਕਾਰਡ ਕਰ ਲੈਣੀ ਚਾਹੀਦੀ ਸੀ ਮੈਂ ਵੀਡੀਓ ਬਣਾ ਲੈਂਦੀ ਵੀ ਅੰਕਲ ਦੁਬਾਰੇ ਐਂ ਚ ਕਹਿ ਤੇ ਉਦੋਂ ਬਾਅਦ ਜਿਹੜਾ ਮੁੰਡੇ ਦਾ ਡੈਡੀ ਸੀਗਾ ਉਹ ਕਹਿੰਦਾ ਮੈਂ ਤੇਰਾ ਵਿਆਹ ਉੱਥੇ ਹੋਣ ਨਹੀਂ ਦਿੰਦਾ ਤੇ ਹੁਣ ਬੇਸਿਕਲੀ ਕੀ ਜਿੱਦਾਂ ਉਹ ਆਪ ਵਧੀਆ ਕਮਾਉਂਦਾ ਹੋਵੇ ਫਿਰ ਤਾਂ ਉਹ ਕਰਾ ਵੀ ਲਵੇ ਯਾਰ ਠੀਕ ਹੈ ਤੇ ਉਹਦੇ ਨਾਲ ਉਹ ਹਾਲਤ ਹੋ ਗਈ ਸੀ ਜਿਵੇਂ ਮੈਨੂੰ ਕਿਸੇ ਨੇ ਦੱਸਿਆ ਸੀ ਕਹਿੰਦਾ ਵੀ ਜਦੋਂ ਪਹਾੜਾਂ 'ਚ ਕਿਸੇ ਨੇ ਬਾਂਦਰ ਫੜਨਾ ਹੁੰਦਾ ਨਾ ਤਾਂ ਉਹ ਮਟਕੀ ਲੈ ਲੈਂਦੇ ਨੇ ਤੇ ਮਟਕੀ 'ਚ ਮੂੰਗਫਲੀ ਪਾ ਦਿੰਦੇ ਨੇ ਪਰ ਮਟਕੀ ਦਾ ਜਿਹੜਾ ਮੂੰਹ ਹੁੰਦਾ ਉਹ ਪਤਲਾ ਹੁੰਦਾ ਫਿਰ ਬਾਂਦਰ ਮੂੰਗਫਲੀ ਤਾਂ ਚੱਕ ਲੈਂਦਾ ਪਰ ਉਹ ਫਿਰ ਕਿਉਂਕਿ ਉਹਨੇ ਮੂੰਗਫਲੀ ਵੀ ਨਹੀਂ ਛੱਡਣੀ ਤਾਂ ਹੱਥ ਵੀ ਕਢਵਾਉਣਾ ਫਿਰ ਉਹਦਾ ਹੱਥ ਮਟਕੇ 'ਚ ਫਸ ਜਾਂਦਾ ਉਹ ਕੰਮ ਫਿਰ ਮੇਰੇ ਦੋਸਤ ਨਾਲ ਹੋਇਆ ਨਾਲੇ ਤੁਹਾਨੂੰ ਘਰਦਿਆਂ ਤੋਂ ਪੈਸੇ ਚਾਹੀਦੇ ਸੀ ਤੇ ਘਰਦਿਆਂ ਤੋਂ ਪੈਸੇ ਤਾਂ ਮਿਲਣਗੇ ਜੇ ਉਹਨਾਂ ਦੀ ਮਰਜ਼ੀ ਨਾਲ ਵਿਆਹ ਕਰਾਊਗਾ ਵਿਆਹ ਨੇ ਆਪਦੀ ਮਰਜ਼ੀ ਨਾਲ ਕਰਾਉਣਾ ਹੈਗਾ ਫਿਰ ਕਹਿੰਦਾ ਮੈਂ ਫਿਰ ਤੂੰ ਸਟੈਂਡ ਲੈ ਕਹਿੰਦਾ ਯਾਰ ਫਿਰ ਅਗਰ ਸਟੈਂਡ ਲੈ ਲਈ ਭੁੱਖਾ ਮਰਨਾ ਪੜੇਗਾ ਕਹਿੰਦਾ ਕਰਤੀ ਤਾਂ ਬੋਬੀ ਕੁਛ ਨਹੀਂ ਆ ਗਏ ਸੀ ਕਹਿੰਦਾ ਫਿਰ ਪਿਆਰ ਤੋਂ ਤਿੰਨ ਚਾਰ ਮਹੀਨੇ ਚੱਲੇਗਾ ਨਾ ਪਿਆਰ ਤੇ ਫਿਰ ਮੈਂ ਤੂੰ ਕੀ ਸੋਚਿਆ ਫਿਰ ਮੈਂ ਤੂੰ ਕਹਿੰਦਾ ਫਿਰ ਆਪਣੇ ਪਾਪਾ ਕੀ ਮਰਜ਼ੀ ਸਹੀ ਸ਼ਾਦੀ ਉਹ ਇੱਕ ਸਾਡੇ ਉੱਥੇ ਯਾਰ ਦੋਸਤ ਆ ਉਹਦੇ ਨਾਲ ਕੁੜੀ ਤਾਂ ਕਦੀ ਫਸੀ ਨਹੀਂ ਫਿਰ ਉਹਨੇ ਸਾਰੀਆਂ ਉਮੀਦਾਂ ਛੱਡ ਕੇ ਉਹ ਰਾਤ ਨੂੰ ਦਾਰੂ ਪੀ ਕੇ 11 ਵਜੇ ਦੇ ਬਾਅਦ 43 ਬੱਸ ਸਟੈਂਡ ਬਣੀ ਗਿਆ ਲੱਭਣ ਜਾਂਦੇ ਇੱਕ ਆਪਣੇ ਘਰ ਦੇ ਜਦੋਂ ਮਤਲਬ ਸ਼ੱਕ ਜਿਹਾ ਪੈਦਾ ਹੋਣ ਲੱਗਿਆ ਵੀ ਇਹਦਾ ਗੱਲਬਾਤ ਹੈ ਕਿਤੇ ਫਿਰ ਉਹ ਪੂਰੀ ਇਨਵੈਸਟੀਗੇਸ਼ਨ ਰਹਿੰਦੇ ਨਾ ਤਾਂ ਉਹਨਾਂ ਨੂੰ ਫੋਨ ਚਲਾਉਣੇ ਆਉਂਦੇ ਨੇ ਯਾਰ ਪਰ ਉਹਨਾਂ ਦਾ ਪੂਰਾ ਧਿਆਨ ਹੁੰਦਾ ਵੀ ਕਿਵੇਂ ਨਾ ਕਿਵੇਂ ਕਰਕੇ ਫੜਿਆ ਜਾਵੇ ਕਿਉਂਕਿ ਓਬਵੀਅਸਲੀ ਰੋਟੀ ਖਾਂਦੇ ਹੋਏ ਤੂੰ ਫੋਨ ਤੇ ਗੱਲ ਜਾਂ ਤੇਰੇ ਕੰਨ ਤੇ ਫੋਨ ਲੱਗਾ ਹੀ ਰਹੂ ਕਿਉਂਕਿ ਤੇ ਜਲੀ ਕਹੂ ਵੀ ਮੇਰੇ ਨਾਲ ਗੱਲ ਕਰ ਸਨੈਪ ਸਨੈਪ ਭੇਜ ਰਹੇ ਹੋ ਆਪਾਂ ਹਾਂ ਕੁਛ ਨਾ ਕੁਛ ਤਾਂ ਕਰਦੇ ਨੇ ਫਿਰ ਉਹਨਾਂ ਦਾ ਪੂਰਾ ਹੁੰਦਾ ਵੀ ਕਿਤੇ ਨਾ ਕਿਤੇ ਕਰਕੇ ਵੀ ਇਹ ਸਲਿਪ ਅਪ ਹੋਵੇ ਤੇ ਅਸੀਂ ਇਹਨੂੰ ਫਿਰ ਇਹਨੂੰ ਫੜੀਏ ਉਹ ਫੜੇ ਵੀ ਜਾਹਾਂ ਗੱਲ ਮਾ ਫੜੇ ਜਾਂਦੇ ਨਾ ਫਿਰ ਕੁੜੀਆਂ ਦਾ ਵੀ ਇਹ ਪੰਗਾ ਹੁੰਦਾ ਜਿਹਦਾ ਕੁੜੀਆਂ ਘਰੇ ਗਈਆਂ ਹੋਈਆਂ ਨੇ ਫਿਰ ਤੱਕ ਮੈਨੂੰ ਫੋਨ ਨਾ ਕਰੀ ਮੈਨੂੰ ਮੈਸੇਜ ਨਾ ਕਰੀ ਠੀਕ ਹੈ ਜੇ ਤੂੰ ਘਰੇ ਗਿਆ ਹੋਇਆ ਫਿਰ ਅੱਗੇ ਤੂੰ ਮੈਨੂੰ ਮੈਸੇਜ ਨਹੀਂ ਕਰਿਆ ਮੈਨੂੰ ਫੋਨ ਨਹੀਂ ਕਰਿਆ ਤੇ ਅਸੀਂ ਜਦੋਂ ਮੇਰੇ ਡੈਡੀ ਨੇ ਫੜਿਆ ਸੀ ਮੈਨੂੰ ਮੈਂ ਤਾਂ ਮੁੱਕਰੀ ਗਿਆ ਵੀ ਨਹੀਂ ਨਹੀਂ ਵੀ ਮੈਂ ਕਿੱਥੇ ਆਏ ਕਹਿੰਦਾ ਤੈਨੂੰ 25 ਸਾਲ ਹੋ ਗਏ ਮੈਨੂੰ ਡੈਡੀ ਕਹਿੰਦੇ ਨੂੰ ਉਹਦਾ ਕੋਈ ਮਤਲਬ ਆ ਮੈਨੂੰ ਸਭ ਪਤਾ ਪਾਪਾ ਹੀ ਹੁੰਦਾ ਪਾਪਾ ਮੇਰੇ ਡੈਡੀ ਕਹਿੰਦਾ ਸਾਰਾ ਦਿਨ ਲਾ ਜਾਓ ਕੰਨ 'ਚ ਝੂਟੀਆਂ ਜਾਂ ਸਾਰਾ ਦਿਨ ਆਸ਼ਕਾਂ ਭੂੰਡੀਆਂ ਭੂਰੀਆਂ ਇਹਨੂੰ ਕਹਿੰਦਾ ਆਸ਼ਕਾਂ ਭੂੰਡੀਆਂ ਤੇ ਆਪਣੇ ਘਰ ਦੇ ਇਹ ਥਿਓਰੀ ਦੇ ਪੂਰਾ ਵਿਸ਼ਵਾਸ ਕਰ ਦਿੰਦੇ ਵੀ ਇਹ ਲੜਕਾ ਔਰ ਲੜਕੀ ਕਾ ਵੀ ਦੋਸਤ ਨਹੀਂ ਹੋ ਸਕਦੇ ਜੇ ਸਾਨੇ ਇਹ ਨਹੀਂ ਤੇ ਤਾਂ ਤੂੰ ਮਨਾ ਹੀ ਨਹੀਂ ਸਕਦਾ ਵੀ ਮੇਰੀ ਫਰੈਂਡ ਆ ਇਹ ਨੋ 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 ਜੇ ਤਾਂ ਨਹੀਂ ਕਹਿ ਰਹੀ ਇਹ ਤਾਂ ਯਾਰ ਦੋਸਤ ਆ ਸਿਰਫ ਆਫਿਸ ਤੇਰੀ ਗਰਲਫ੍ਰੈਂਡ ਫੇਰ ਵੀ ਕਨਵਿੰਸ ਹੋ ਜੂ ਤੇਰੀ ਫੀਮੇਲ ਫਰੈਂਡ ਹੋ ਸਕਦੀ ਹੈ ਘਰ ਦੇ ਨਹੀਂ ਮੰਨਦੇ ਹੈ ਨਾ ਨਾ ਬਿਲਕੁਲ ਉਹ ਹੋਰ ਛੱਡ ਜੇ ਤੂੰ ਮਿਲਿਆ ਵੀ ਦੇਵੇਂਗਾ ਜੇ ਮੰਨ ਲਾ ਤੇਰੇ ਘਰ ਦੇ ਥੋੜੇ ਜਿਹੇ ਤੇਰੇ ਨਾਲ ਮਤਲਬ ਵੀ ਦੋਸਤੀ ਵਾਲੇ ਨੇ ਫਿਰ ਕਿੱਥੋਂ ਦੀ ਕੁੜੀ ਇਹ ਓਏ ਉਹ ਇਹ ਪਤਾ ਮੇਰੇ ਨਾਲ ਕਦੋਂ ਹੋਇਆ ਸੀ ਵੀ ਇੱਕ ਮੇਰੀ ਫਰੈਂਡ ਸੀ ਕਾਲਜ 'ਚ ਉਹਦਾ ਵਿਆਹ ਸੀ ਮਤਲਬ 3rd year 'ਚ ਜਦੋਂ ਹੋਈ ਉਹਦਾ ਵਿਆਹ ਉਹਦੇ ਕਰਦੇ ਨੇ ਕਈ ਜਲਦੀ ਕਰਦੇ ਨੇ ਤਾਂ ਕਰਤਾ ਉਹ ਵੀ ਉਹ ਕਾਰਡ ਦੇਣ ਆ ਗਈ ਘਰੇ ਤੇ ਕਾਰਡ ਦੇਣ ਜਦੋਂ ਉਹ ਘਰੇ ਆਈ ਉਹਨੇ 1 piece ਪਾਇਆ ਹੋਇਆ ਸੀ ਪੂਰੇ ਪਟਾਕੇ ਫੁੱਟ ਕੇ ਬਈ ਚਲ ਉਹਦਾ ਐਨ ਉਹਨੂੰ ਪੂਰਾ ਰਿਸਪੈਕਟਫੁਲੀ ਬਿਠਾਇਆ ਐਨ ਦੁੱਧ ਪਿਲਾ ਕੇ ਹੋਰ ਬੇਟੇ ਆਏ ਜਦੋਂ ਗਈ ਰਹੀ ਮੇਰੇ ਵਾਲੀ ਤਾਂ ਫਿਰ ਇੰਨਾ ਇੰਨਾ ਕੱਪੜਾ ਪਾਉਂਦੀਆਂ ਮੈਂ ਮਤਲਬ ਅੱਜ ਤੱਕ ਉਹਨਾਂ ਨੂੰ ਕਨਵਿੰਸ ਨਹੀਂ ਕਰ ਪਾਇਆ ਵੀ ਉਹ ਮੇਰੀ ਫਰੈਂਡ ਸੀ ਨਾ ਉਹਨਾਂ ਨੇ ਨੀ ਮੰਨਿਆ ਹੈ ਪਰ ਹੁਣ ਵੀ ਮੋਢਾ ਮਾਰ ਕੇ ਕਈ ਵਾਰ ਚਾਚਾ ਤਾਂ ਗਈ ਤਾਂ ਨੀ ਕਰਾਉਂਦਾ ਉਹਨੂੰ ਹੀ ਲਾਏਗਾ ਫਿਰ ਇੱਕ ਜਿਹੜੇ ਮਤਲਬ ਕਿ ਆਪਣੇ ਆਪਣੇ ਫਰੈਂਡ ਹੁੰਦੇ ਨੇ ਜਿਹੜੇ ਜਿਹੜਾ ਪਤਾ ਕਿ ਵੀ ਮੁੰਡੇ ਤਾਂ ਮੋਸਟਲੀ ਨੋਨ ਇਮੋਸ਼ਨਲ ਹੁੰਦੇ ਨੇ ਇੱਕ ਜਿਹੜੇ ਆਪਣੇ ਦੋਸਤ ਨੇ ਜਿਹੜੇ ਐਕਚੁਅਲੀ ਸਹੇਲੀਆਂ ਪਿੱਛੇ ਹੁੰਦੇ ਨੇ ਉਹ ਹਾਂ ਰੋਣ ਸੂਰਤ ਦੋਸਤ ਭੈਣ ਚੋ ਨਹੀਂ ਮਤਲਬ ਰਿਲੇਸ਼ਨਸ਼ਿਪ ਹੋ ਉਹਨਾਂ ਦਾ ਮੜੀ ਲੜਾਈ ਹੋ ਗਈ ਬਸ ਮੈਨੂੰ ਐਂ ਗੱਲ ਨਹੀਂ ਸਮਝ ਆਉਂਦੀ ਵੀ ਰਿਲੇਸ਼ਨਸ਼ਿਪ ਚੱਲ ਮੰਮੀ ਡੈਡੀ ਭੈਣ ਭਾਈ ਇਹਨਾਂ ਚੋਂ ਕੋਈ ਮਾੜਾ ਨਿਕਲਿਆ ਵੇ ਤੁਹਾਡਾ ਵੀ ਤੁਸੀਂ ਕਹਿੰਦੇ ਵੀ ਇਹ ਮੈਨੂੰ ਤੰਗ ਕਰਦਾ ਰਹਿੰਦਾ ਕਰ ਨਹੀਂ ਸਕਦੇ ਉਹ ਤੁਹਾਡੀ ਚੁਆਇਸ ਨਹੀਂ ਹੈਗੀ ਰਿਲੇਸ਼ਨਸ਼ਿਪ ਤਾਂ ਬੰਦਾ ਆਉਂਦਾ ਹੀ ਤਾਂ ਹੀ ਹੈ ਵੀ ਅਸੀਂ ਦੁਨੀਆ ਤੋਂ ਮਾੜਾ ਚੁਆਇਸ ਕਰਾਂਗੇ ਵੀ ਮਾਈ ਚੁਆਇਸ ਮਾਈ ਰੂਲਸ ਹੋਣਗੇ ਉਹਦੇ ਚ ਰੋਣ ਦਾ ਨਹੀਂ ਮੈਨੂੰ ਮਤਲਬ ਸਮਝ ਆਉਂਦਾ ਵੀ ਉਹਦੇ ਚ ਬੰਦਾ ਜੇ ਰੋਂਦਾ ਤਾਂ ਛੱਡ ਦੋ ਯਾਰ ਸਹੀ ਬਾਤ ਦੈਟਸ ਸੋ ਸਿੰਪਲ ਜੇ ਨਹੀਂ ਚੱਲ ਰਹੀ ਆਪਣਾ ਛੋਟ ਕਾ ਪਰਾਂ ਕਰ ਹਾਂ ਮੇਰਾ ਇੱਕ ਦੋਸਤ ਸੀ ਠੀਕ ਹੈ ਉਹਦੀ ਮਤਲਬ ਫਰੈਂਡ ਸੀਗੀ ਗਰਲਫ੍ਰੈਂਡ ਨਹੀਂ ਸੀ ਤੇ ਉਹ ਕੁੜੀ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ਸ਼ੁਰੂ ਕਰ ਲਿਆ ਉਹ ਆਇਆ ਐਂ ਬਹਿ ਗਿਆ ਨੀਚੇ ਤੇ ਬੁੱਕਣ ਲੱਗ ਗਿਆ ਬਾਈ ਜਿਹੜਾ ਮੇਰਾ ਦੂਸਰਾ ਦੋਸਤ ਸੀਗਾ ਕਹਿੰਦਾ ਰੋ ਕਿਉਂ ਰਿਹਾ ਕਹਿੰਦਾ ਉਹਨੂੰ ਤਾਂ ਮੇਰੇ ਨਾਲ ਘੁੰਮਦੀ ਰਹੀ ਉਹਨੇ ਰਿਲੇਸ਼ਨਸ਼ਿਪ ਉਹਦੇ ਨਾਲ ਸ਼ੁਰੂ ਕਰ ਲਿਆ ਉਹਨੇ ਕੁਛ ਨਹੀਂ ਕਰਿਆ ਉਹਨੇ ਭੈਣ ਦੇ ਨਾ ਫੜਾ ਤੁਹਾਨੂੰ ਮਾਰੇ ਥੱਪੜੇ ਉਹਦੇ ਕੰਨ ਚੁੱਪ ਕਰ ਮਾਰ ਚੁੱਪ ਤੇ ਉਹ ਕਹਿੰਦਾ ਠੀਕ ਹੈ ਕਹਿੰਦਾ ਸਾਰੀ ਭੂੰਡ ਤਾਰਤੀ ਹੋਈ ਉੱਥੇ ਸਹੀ ਬਾਤ ਹੈ ਕਿ ਕਟਾਈ ਵੀ ਹੋਣੀ ਚਾਹੀਦੀ ਆ ਯਾਰ ਵੀ ਇਹਦਾ ਮੇਨ ਸੋਲੂਸ਼ਨ ਉਹ ਹੈ ਵੀ ਲੱਫੜ ਛੱਡੋ ਤਿੰਨ ਕਟਾਈ ਕਰੋ ਆਪਣਾ ਆਪਣਾ 2 ਮਿੰਟ ਮਾ ਆਪਣਾ ਸੈੱਟ ਹੋ ਯਾਰ ਅਸੀਂ ਉਹਨਾਂ ਦੇ ਘਰੇ ਰਹਿੰਦੇ ਹੁੰਦੇ ਸੀ ਉਹਦੀ ਫੈਮਿਲੀ ਗਰਾਊਂਡ ਫਲੋਰ ਤੇ ਰਹਿੰਦੀ ਸੀ ਅਸੀਂ ਸੈਕੰਡ ਫਲੋਰ ਤੇ ਰਹਿੰਦੇ ਸੀ ਹੁਣ ਆਂਟੀ ਕੀ ਕਰਦੀ ਸੀ ਆਂਟੀ ਕਦੇ ਕਦੇ ਸਾਨੂੰ ਕਹਿੰਦੀ ਬੇਟਾ ਖਾਣਾ ਖਾਣਾ ਆ ਜਾਓ ਉਹ ਆਸ਼ਕੀ 'ਚ ਮੇਰੇ ਸਾਲ ਰੋਟੀ ਨਹੀਂ ਖਾਂਦਾ ਸੀ ਬਈ ਅਸੀਂ ਤਾਂ ਆਂਟੀ ਦੀ ਰੋਟੀ ਖਾ ਖਾ ਕੇ ਆਏ ਨਰੋਏ ਹੋਏ ਫਿਰਦੇ ਸੀਗੇ ਤੇ ਉਹ ਮੇਰਾ ਸਾਲ ਸੁੱਕੀ ਜਾਂਦਾ ਸੀ ਤੇ ਆਂਟੀ ਕਦੀ ਸੰਡੇ ਨੂੰ ਸਾਨੂੰ ਬੁਲਾ ਕੇ ਕਹਿੰਦੀ ਮੈਂ ਆਲੂ ਦੇ ਪਰੌਂਠੇ ਬਣਾਏ ਨੇ ਵੀ ਆ ਕੇ ਆਲੂ ਦੇ ਪਰੌਂਠੇ ਖਾ ਕੇ ਜਾਓ ਤੇ ਅਸੀਂ ਬੈਠੇ ਹਾਂ 4-5 ਜਣੇ ਪਲੇਟ ਹੈ ਵਧੀਆ ਦਹੀਂ ਪਾਈ ਹੋਈ ਮੱਖਣ ਪਾਇਆ ਹੋਇਆ ਉਹ ਪੈਂਦਾ ਯਾਰ ਸਾਈਡ 'ਤੇ ਬੈਠਾ
ਇੱਕ ਅੱਧਾ ਤਾਂ ਖਾ ਲਿਆ ਘੱਟੋ ਘੱਟ ਅਸੀਂ ਤਾਂ ਖਾਂਦੇ ਹੋ ਜਾਵਾਂਗੇ ਅਤੇ ਭੁੱਖ ਹੀ ਨਹੀਂ ਮੈਂ ਤੇਰੇ ਨਹੀਂ ਪੈਣੀ ਤੇ ਉਹਨੂੰ ਕੁੱਟੂ ਮੈਂ ਵੈਸੇ ਮੈਂ ਵੀ ਔਰਤ ਦੇ ਹੱਥ ਚੱਕਣ ਦੇ ਬਹੁਤ ਖਿਲਾਫ ਹਾਂ ਮੈਂ ਤੇਰੇ ਕਰਕੇ ਮੈਨੂੰ ਕੁੱਟਣੀ ਪਊ ਅਤੇ ਕਹਿੰਦਾ ਨਹੀਂ ਤੁਸੀਂ ਖਾ ਲਓ ਯਾਰ ਮੈਂ ਭੈਣ ਚੋਦਾ ਅਸੀਂ ਚੰਗੇ ਲੱਗਦੇ ਖਾਣੇ ਅਤੇ ਕਹਿੰਦਾ ਨਹੀਂ ਫਿਰ ਮੈਨੂੰ ਕੁਛ ਨਹੀਂ ਹੁੰਦਾ ਓਏ ਆਂਟੀ ਤਾਂ ਬਣਾਈ ਜਾਂਦੀ ਆ ਮੈਨੂੰ ਰੋਈ ਜਾਂਦੇ ਆਰਾਮ ਨਾਲ ਖਾਓ ਤਾਂ ਛੇ ਛੇ ਪਰੌਂਠੇ ਖਾਧੇ ਬਾਈ ਇਸਨੇ ਅਤੇ ਉਦੋਂ ਬਾਅਦ ਫਿਰ ਜਦੋਂ ਮਤਲਬ ਛੇ ਮਹੀਨੇ ਹੋ ਗਏ ਸੱਤ ਮਹੀਨੇ ਹੋ ਗਏ ਤਾਂ ਹੱਟ ਹੀ ਨਹੀਂ ਉਹਦੇ ਪਿੱਛੇ ਉਹ ਫਿਰ ਉਹਨੂੰ ਮਤਲਬ ਕਿ ਇਗਜ਼ਾਮਪਲ ਦਿੱਤਾ ਵੀ ਆਹ ਕੁੜੀ ਹੈ ਠੀਕ ਹੈ ਜਿਹਦੇ ਵਿੱਚ ਤੂੰ ਫਿਰਦਾ ਹੈਗਾ ਵੀ ਛੇ ਮਹੀਨੇ 'ਚ ਉਹਦੇ ਤਿੰਨ ਰਿਲੇਸ਼ਨਸ਼ਿਪ ਰਹੇ ਨੇ ਅੱਛਾ ਵੀ ਉਹਨੂੰ ਹਰ ਕੋਈ ਚੱਲੂ ਬਸ ਤੂੰ ਨਹੀਂ ਚੱਲਦਾ ਮਤ ਮਰਵਾਓ ਕਿਰਪਾ ਮਾਂ ਬਾਹ ਉਹ ਹਰੇਕ ਨਾਲ ਰਿਲੇਸ਼ਨਸ਼ਿਪ ਕਰ ਲੂ ਐਜ਼ ਲੌਂਗ ਐਸ ਤੂੰ ਨਹੀਂ ਹੈਗਾ ਵੀ ਤੂੰ ਕੀ ਸੋਚਦਾ ਇਹ ਚੀਜ਼ ਬਾਰੇ ਤੇਰੀ ਸੈਲਫ ਇਸਟੀਮ ਕੀ ਕਹਿੰਦੀ ਹੈਗੀ ਫਿਰ ਮੇਰਾ ਸਾਲਾ ਥੋੜਾ ਜਿਹਾ ਫੇਰ ਸੈੱਟ ਹੋਇਆ ਦੇਖ ਬਈ ਯਾਰ ਅੱਜ ਦਾ ਐਪੀਸੋਡ ਆਈ ਥਿੰਕ ਖਤਮ ਹੋ ਗਿਆ ਜੇ ਕੁਛ ਰਹਿ ਗਿਆ ਹੋ ਗਿਆ ਤਾਂ ਆਪਾਂ ਸੋਚਗਾ ਜਿਹੜੀ ਬਾਤਾਂ ਰਹਿ ਗਈ ਉਹ ਲਿਖ ਕੇ ਫਿਰ ਆਪਣਾ ਬਣਾ ਲਵਾਂਗੇ ਦੂਸਰਾ ਪਾਰਟ ਇਸਕਾ ਕਦੀ ਬਾਕੀ ਜਾਂਦੇ ਜਾਂਦੇ ਬਾਈਆਂ ਨੂੰ ਆਪਣੇ ਨੂੰ ਕਹਿ ਵੀ ਸਬਸਕ੍ਰਾਈਬ ਕਰ ਲਿਓ ਆਪਣਾ ਵੀ ਲੈ ਵੀ ਸਾਡੇ ਚੈਨਲ 'ਤੇ ਇਹੀਆਂ ਚਟਾਕੇਦਾਰ ਗੱਲਾਂ ਅਤੇ ਆਪਦੇ ਪਰਸਨਲ ਐਕਸਪੀਰੀਅੰਸ ਨਾਲ ਰਿਲੇਟ ਹੋਣ ਵਾਲੀਆਂ ਗੱਲਾਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਜ਼ਰੂਰ ਕਰੇ ਮਤਲਬ ਕਮੈਂਟ ਕਰਨਾ ਨਾ ਭੁੱਲੇ ਤੁਸੀਂ ਭੈਣ ਚੋਦਾਂ ਇਹ ਕਹਿਣ ਲੱਗਦੇ ਨਾ ਜ਼ਰੂਰ ਭੁੱਲੇ ਹਨਾ ਤੁਸੀਂ ਕਰੋਗੇ ਜ਼ਰੂਰ ਭੁੱਲੇ ਤੁਸੀਂ ਕਰੋਗੇ ਪੌਡਕਾਸਟ